ਦੇ ਕੋ ਐਸਟ ਕਾਲ ਰਿਲੀਜ਼ ਹੋਣੀ ਆਈਟੀ ਉਂ ਤੇ ਪਹਿਲੀ ਵਾਰ ਬਹੁਤ ਦਿਰਵਾ ਅਸੀਂ ਸੀੜੀਆਂ ਬਣਾ ਰਹੇ ਹੋਂ ਦੀਆਂ ਵੈਸੇ ਤਾਂ ਵਿਕਦੀਆਂ ਨਹੀਂ ਬਟ ਕੋਸ਼ਿਸ਼ ਕਰਦੇ ਜੇ ਫੇਰ ਥੋੜੀ ਜਿਹੀ ਸੇਲ ਸ਼ੁਰੂ ਹੋ ਜਾਏ ਲੱਗਦਾ ਬਿਕੋਜ਼ ਇਹ ਮੁੱਦਾ ਤੁਸੀਂ ਬਹੁਤ ਟਾਈਮ ਤੋਂ ਚੱਕੀ ਫਿਰਦੇ ਹੋ ਕਿ ਨਹੀਂ ਸਟੌਪ ਪਾਇਰੇਸੀ ਸਟੌਪ ਪਾਇਰੇਸੀ ਸਟੌਪ ਪਾਇਰੇਸੀ ਪਰ ਕੋਈ ਅਜਦਾ ਜ਼ਮਾਨਾ ਜਿੰਨੀ ਸਪੀਡ ਨਾਲ ਚੱਲ ਰਿਹਾ ਕਾਰਪੋਰੇਟ ਆ ਗਿਆ ਐਕਚੁਅਲੀ ਕਾਰਪੋਰੇਟ ਕੋਲ ਇਹਨਾਂ ਵਕਤ ਹੀ ਨਹੀਂ ਹੁੰਦਾ ਦਰਅਸਲ ਕੀ ਹੈ ਕਿ ਅਸੀਂ ਰੁਜ਼ਗਾਰ ਝਟਾਉਣ ਲਈ ਸਾਡੀ ਜਿਹੜੀ ਵੀ ਗਵਰਨਮੈਂਟ ਹੁੰਦੀ ਹੈ ਜਾਂ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਬੜਾ ਐਫਰਟ ਕਰਦੇ ਆ ਉਹ ਇੰਡਸਟਰੀਸ ਤੋਂ ਮਿਲਦੇ ਆ ਉਹਨਾਂ ਨੂੰ ਫਰੀ ਜ਼ਮੀਨਾਂ ਦਿੰਦੇ ਆ ਉਹਨਾਂ ਨੂੰ ਟੈਕਸ ਵੀ ਮਿਲਦੇ ਆ ਵੀ ਘੱਟ ਦਰਾਂ ਤੇ ਮੈਂ ਤੁਹਾਨੂੰ ਪੈਸਾ ਮੋਹੀਆ ਕਰਾਉਣਗੇ ਬੈਂਕਾਂ ਪਰ ਸੰਗੀਤ ਬਹੁਤ ਵੱਡੀ ਇੰਡਸਟਰੀ ਹੈ ਮੇਨ ਲੱਗਦੇ 4-5000 ਕਰੋੜ ਦੀ ਇੰਡਸਟਰੀ ਹੋ ਗਈ ਹੈ ਫਿਲਮਾਂ ਤੇ 뮤직 ਮਿਲਾ ਕੇ ਤੇ ਇਹਦੇ ਚੋਂ 28% ਜੀਐਸਟੀ ਹੰਠਾਰਾ ਲੈਣ ਲੱਗੇ ਕਿੰਨਾ ਪੈਸਾ ਸਰਕਾਰ ਨੂੰ ਮਿਲਦਾ ਹੈ ਨਾ ਕਿੰਨੀਆਂ ਦੁਕਾਨਾਂ ਦਾ ਰੋਜ਼ਗਾਰ ਖਤਮ ਹੋ ਗਿਆ ਕਿੰਨੇ ਬੰਦੇ ਉੱਥੇ ਕੰਮ ਕਰਦੇ ਸੀ ਕਿਉਂ ਕਿ ਪਾਇਰੇਸੀ ਦਾ ਚੱਕਰ ਪੈ ਗਿਆ ਤੇ ਜੇ ਕੰਟਰੋਲ ਹੋ ਸਕਦਾ ਏਡੀ ਕੰਮ ਤਾਂ ਹੈ ਨਹੀਂ ਜੇ ਦੋਗਾਈ ਵਾਰ ਜਦੋਂ ਹੁਣ ਤੁਸੀਂ ਮਿਡਲ ਈਸਟ ਜਾਂ ਨੇ ਉੱਥੇ YouTube ਬੈਨ ਹੈ ਇਹਦਾ ਮਤਲਬ ਅਸੀਂ ਵੀ ਮੰਨ ਲਓ ਮੋਬਾਈਲ ਹੈ ਤੁਹਾਡੇ ਕੋਲੇ ਤੁਸੀਂ 100 ਰੁਪਏ ਪਾ ਲਿਆ ਉਹਦੇ ਚ 102 ਕਾਤੇ ਨਹੀਂ ਹੁੰਦਾ ਇਦਾਂ ਸੰਗੀਤ ਦਾ ਵੀ ਹੋ ਸਕਦਾ ਬਟ ਕੋਸ਼ਿਸ਼ ਨਹੀਂ ਕਰ ਰਹੇ ਕਿਉਂਕਿ ਇਹਨੂੰ ਇੰਡਸਟਰੀ ਨਹੀਂ ਸਮਝ ਰਹੀ ਅਜ ਤੱਕ ਕੌਣ ਨਹੀਂ ਸਮਝਦਾ ਇੰਡਸਟਰੀ ਐਂਡ ਜੇ ਐਨੀ ਵੱਡੀ ਇੰਡਸਟਰੀ ਹੈ ਸਾਰੇ ਐਡਮਿਨਿਸਟ੍ਰੇਟਿਵ ਸੱਤਾ ਜਿਹੜੇ ਲੋਕਾਂ ਉਹੀ ਕਾਨੂੰਨ ਬਣਾ ਸਕਦੇ ਆ ਆਪਾਂ ਕਾਨੂੰਨ ਨਹੀਂ ਬਣਾ ਸਕਦੇ ਤਾਂ ਕੋਈ ਇਦਾਂ ਦੇ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਇਹ ਇੰਡਸਟਰੀ ਦੁਆਰਾ ਜਿੰਮੇਦਾਰੀ ਹੋ ਜਾਏ ਪਰ ਤੁਹਾਨੂੰ ਲੱਗਦਾ ਕਿ ਜਿਹੜੇ ਹੋਰ ਇੰਡਸਟਰੀ ਦੇ ਹੋਰ ਲੋਕ ਨੇ ਜਿਵੇਂ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਹੋ ਹੋਰ ਕੋਈ ਨਹੀਂ ਬੋਲਦਾ ਉਹਨਾਂ ਨੂੰ ਜੇ ਉਹ ਵੀ ਨਾਲ ਆਣ ਮੇਬੀ ਇੱਕ ਮੂਵਮੈਂਟ ਬਣੇ ਤਾਂ ਕੁਝ ਹੋਏ ਨਹੀਂ ਕੋਸ਼ਿਸ਼ ਤਾਂ ਸਾਰੀ ਕਰਦੇ ਰਹੇ ਨੇ ਵਿਚਾਰੇ ਬਟ ਕੋਸ਼ਿਸ਼ ਨਹੀਂ ਕਾਮਯਾਬ ਨਹੀਂ ਹੋ ਰਹੀ ਕਿਉਂਕਿ ਉਹਦਾ ਕਿ ਫਰੰਟ ਦੇਖੋ ਕੀ ਹੁੰਦਾ ਕਿ ਹਰ ਚੀਜ਼ ਦੀ ਯੂਨੀਅਨ ਬਣਾਉਣੀ ਪੈਂਦੀ ਆ ਹੂੰ ਆ ਕੋਈ ਐਸੋਸੀਏਸ਼ਨ ਯਾ ਹੈਨਾ ਯਾ ਸੰਸਥਾ ਕਹ ਲੋ ਗਵਣ ਵਾਲਿਆਂ ਦੀ ਐਸੀ ਜਮਾਤ ਹੈ ਨਾ ਦੀ ਯੂਨੀਅਨ ਆ ਨਹੀਂ ਤੇ ਯੂਨੀਅਨ ਤੋਂ ਮੈਨੂੰ ਹੱਕ ਕਿ ਤੁਮੇ ਰਣਗੇ ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਹਰ ਤਰ੍ਹਾਂ ਦੀ ਯੂਨੀਅਨ ਹੈ ਇਹ ਕਲਾਕਾਰਾਂ ਦੀ ਯੂਨੀਅਨ ਹੈ ਨਹੀਂ ਯੂਨੀਅਨ ਕਿਵੇਂ ਬਣੇਗੀ ਬੱਬੂ ਮਾਨ ਦਾ ਸਾਰੇ ਤੋਂ ਬੱਕਰੇ ਰਹਿੰਦੇ ਨੇ ਕਿਸੇ ਨਾਲ ਮਿਲਦੇ ਜੁਲਦੇ ਨਹੀਂ ਗੱਲਾਂ ਨਹੀਂ ਕਰਦੇ ਬਿਲਕੁਲ ਡਿਫਰੈਂਟ ਬੱਕਰੇ ਨੀ ਮੈਂ ਜਿਆਦਾ ਵਕਤ ਆਪਦੇ ਪਿੰਡ ਰਹਿਣਾ ਜਾਂ ਕਮਚ ਰਹਿਣਾ ਜੇ ਕੋਈ ਇਦਾਂ ਦਾ ਪਲੇਟਫਾਰਮ ਬਣਨਾ ਮੈਂ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ 10 ਸਾਲ ਪਹਿਲਾਂ ਦੀ ਗੱਲ ਹੈ ਮੈਂ ਸਾਰੇ ਆਰਟਿਸਟ ਇਕੱਠੇ ਕਰੇ ਮੈਂ 5-7 ਵਾਰੀ ਉਹਨਾਂ ਦੀ ਮੁਲਾਕਾਤਾਂ ਵੀ ਕਰਾਈਆਂ ਗੁਰਦਾਸ ਮਾਨ ਸੀ ਸਰਦੂਲ ਸਾਰੇ ਜਿਹਨੇ ਸਾਡੇ ਸੀਨੀਅਰ ਜਿਹੜੇ ਜੂਨੀਅਰ ਹੋ ਵੀ ਸੀ ਤੇ ਮੈਂ ਸੜਕ ਬਹੁਤ ਵੱਡੇ ਉੱਤੇ ਵਕੀਲ ਹੁੰਦੇ ਸੀ ਜੀਮਾ ਸਾਹਿਬ ਮੈਂ ਮੇਰੇ ਕੇਸ ਉਹਨਾਂ ਕੋਲ ਬਹੁਤ ਸਾਲ ਚੱਲਦੇ ਰਹੇ ਉਹ ਬੜੇ ਚੰਗੇ ਵਕੀਲ ਸੀ ਉਹਨਾਂ ਨੇ ਰਜਿਸਟਰ ਕਰਾਤੀ ਸਾਨੂੰ ਕੋਰਟ ਦੇ ਥਰੂ ਮਾਨਤਾ ਮਿਲੀ ਸੀ ਉਹਦੇ ਕਾਰਡ ਵੀ ਬਣਾ ਕੇ ਦੇ ਕੇ ਆਇਆ ਸੀ ਮੈਂ ਸਰਦੂਲ ਭਾਜੀ ਐਸੋਸੀਏਸ਼ਨ ਮੈਂ ਬਣਾਤੀ ਸੀ ਤੋ ਐਫਰਟ ਦੀ ਕਮੀ ਹੈ ਅੱਜ ਸਾਡੇ ਨਾਲ ਬੱਬੂ ਮਾਨ ਹਨ ਬੀਬੀਸੀ ਨਿਊਜ਼ ਪੰਜਾਬੀ ਦੇ ਫੇਸਬੁੱਕ ਲਾਈਵ ਵਿੱਚ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਹਾਡੇ ਕੋਈ ਕਮੈਂਟਸ ਨੇ ਕੁਝ ਕੰਪਲੀਮੈਂਟਸ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਦੱਸੋ ਅਸੀਂ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਅ ਐਲਬਮ ਦੀ ਗੱਲ ਕਰਦੇ ਹਾਂ ਜਿਹੜੀ ਆ ਰਹੀ ਹੈ ਜਿੱਦੇ ਲਈ ਤੁਸੀਂ ਇੱਥੇ ਆਏ ਹੋ ਇੱਕ ਸੀ ਪਾਗਲ ਇਹ ਤਾਂ ਬਹੁਤ ਟਾਈਮ ਤੋਂ ਚਿਰ ਤੋਂ ਵੇਟ ਹੋ ਰਿਹਾ ਸੀ ਹਾਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਅਨਾਉਂਸ ਕੀਤੀ ਸੀ ਅਸੀਂ ਪਰ ਫਿਰ ਅਸੀਂ ਸ਼ੂਟ ਚ ਨਿਕਲ ਗਏ ਉਹਦੇ ਬਾਅਦ ਫਿਰ ਫਿਲਮ ਸੋਲ ਜੀ ਗਏ ਫਿਲਮ ਸੇ ਥੋੜਾ ਜਿਹਾ ਟਾਈਮ 3 ਮਹੀਨੇ ਦਾ ਅਸੀਂ ਲੱਗ ਗਏ 6 ਉਹ ਕਿਉਂਕਿ ਉਹਦੀ ਸ਼ੂਟਿੰਗ ਬਾਹਰ ਸੀ ਉਹ ਇਹ ਸਾਰੇ ਚੱਕਰ ਕਰਕੇ ਸਾਰਾ ਕੁਝ ਥੋੜਾ ਜਿਹਾ ਲੇਟ ਹੋ ਗਿਆ ਕਰਨੀ ਤਾਂ 6 ਮਹੀਨੇ ਪਹਿਲਾਂ ਜੀ ਪਰ ਚਲੋ ਕੋਈ ਨਹੀਂ ਦੇਰ ਆ ਦਰੁਸਤ ਆ ਚੰਗੀ ਹੈ ਅੱਛਾ ਫਿਲਮ ਕਿਹੜੀ ਫਿਲਮ ਟਰੱਕਰਸ ਦੀ ਫਿਲਮ ਹੈ ਕਾਸੀ ਜਿਹੜੀ ਕੀਤੀ ਹੈ ਪਿੱਛੇ ਜੇ ਉਹਦੀ ਬਾਹਰ ਸ਼ੂਟਿੰਗ ਜਿਆਦਾ ਸੀ ਕੈਨੇਡਾ ਅੱਛਾ ਤੇ ਉਹ ਮੈਨੂੰ ਲੱਗਦਾ 2 ਕੁ ਮਹੀਨੇ ਚ ਆ ਜੂਗੀ ਇੰਨਾ ਇੰਨਾ ਟਾਈਮ ਗੈਪ ਤੁਸੀਂ ਫਿਲਮਾਂ ਚ ਕਿਉਂ ਲੈਂਦੇ ਹੋ ਫਿਲਮ ਜਿਹੜੀ ਡਾਇਰੈਕਸ਼ਨ ਹੈ ਨਾ ਉਹ ਉਹ ਬਹੁਤ ਥੋੜੇ ਡਾਇਰੈਕਟਰ ਹੈ ਜਿਹੜੇ ਕ੍ਰੀਏਟਿਵ ਡਾਇਰੈਕਟਰ ਹੈ ਔਰ ਫਿਲਮ ਤੇ ਸਟੇਕ ਬਹੁਤ ਹੁੰਦਾ ਹ ਹਰ ਕਿਸੇ ਦੇ ਸਬਜੈਕਟ ਤੇ ਆਪਾਂ ਹਾਂ ਕਰ ਦਈਏ ਕੱਲ ਨੂੰ ਫੇਰ ਕਿਸੇ ਦਾ ਲਾਸ ਹੋ ਜਾਏ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਪਹਿਲਾਂ ਅਸੀਂ ਸਾਰੀਆਂ ਫਿਲਮਾਂ ਆਪਾਂ ਆਪਣੇ ਬੈਨਰ ਸੀ ਬਣਾਈਆਂ ਜਾਂ ਲਾਸਟ ਫਿਲਮ ਸੀ ਜਿਹੜੀ ਸ਼ਾਇਦ ਆਪਾਂ ਸਾਡੇ ਦੋਸਤ ਸੀ ਮੈਂ ਉਹਨਾਂ ਕਰਕੇ ਹਾਂ ਕਰਤੀ ਸੀ ਆ ਹੁਣ ਇੱਕ ਹੋਰ ਅੱਗੇ ਕਰਨੇ ਉਹ ਵੀ ਮੇਰੇ ਦੋਸਤ ਹੈ ਨਹੀਂ ਤਾਂ ਮੇਰੀ ਕੋਸ਼ਿਸ਼ ਹੁੰਦੀ ਆਪ ਹੀ ਬਣਾਈਏ ਜੇ ਘਾਟਾ ਪਾਊਗਾ ਸਾਨੂੰ ਹੀ ਪਾਊਗਾ ਕਿਸੇ ਨੂੰ ਨਾ ਪਵੇ ਕਿਉਂਕਿ ਜਿਹੜਾ ਸਾਡਾ ਪੰਜਾਬੀ ਸਿਨੇਮਾ ਉਹ ਜੇ ਉੱਥੇ ਪਹੁੰਚਿਆ ਨਹੀਂ ਉਸ ਮਾਰਕ ਤੇ ਗੱਪਾਂ ਜ਼ਿਆਦਾ ਹੈ ਪਰ ਘਾਟਾ ਪੈ ਰਿਹਾ ਇੱਥੇ ਤਾਂ ਮਤਲਬ ਟਵੀਟ ਕੀਤੇ ਜਾ ਰਹੇ ਨੇ ਵੱਡੇ ਵੱਡੇ ਕਿ ਸਾਡੀ ਇੰਨੀ ਕਲੈਕਸ਼ਨ ਹੋ ਗਈ ਸਾਡੀ ਇੰਨੇ ਕਰੋੜ ਦੀ ਹੋ ਗਈ ਸਾਡਾ ਫਰਸਟ ਦਿਨ ਆ ਗਿਆ ਇੱਕ ਸੰਸਥਾ ਹੈਗੀ ਹੈ ਸ਼ਾਇਦ ਤੁਹਾਡੀ ਤਾਂ ਬਹੁਤ ਵੱਡੀ ਕੰਪਨੀ ਹੈ ਇਹ ਤੁਹਾਡਾ ਜਿਹੜਾ ਗਰੁੱਪ ਹੈ ਉਹ 30 ਲੱਖ ਰੁਪਏ ਸਾਲ ਦਾ ਲੈਣਿਆ ਉਹ ਜਿਹੜਾ ਸਹੀ ਜਿਹੜੇ ਅੰਕੜੇ ਦਿੰਨੇ ਉਹਨਾਂ ਤੋਂ ਤੁਸੀਂ ਮੈਂਬਰ ਬਣ ਜੋ ਲੱਗ ਜੂ ਪਤਾ ਕਿਹੜਾ ਕਿੰਨੇ ਪਾਣੀ ਚ ਹੈ ਮੈਂ ਨਹੀਂ ਕਹਿੰਦਾ ਫਿਰ ਫਿਲਮਾਂ ਪੈਸੇ ਨਹੀਂ ਕਮਾਉਂਦੀਆਂ ਬਟ ਸਾਰੀਆਂ ਨਹੀਂ ਕਮਾਉਂਦੀਆਂ ਹੁਣ ਜਿਹੜੀ ਫਿਲਮ 10 ਕਰੋੜ ਦੀ ਆ ਨਾ ਜੀ ਉਹ 25 30 ਕਮਾਊਗੀ ਤਾਂ 10 ਉਹ 10 ਦੀ ਰਿਟਰਨ ਹੋਊਗੀ ਜੇ ਗ੍ਰੋਸ ਹੀ 10 ਹੋਊਗੀ ਤਾਂ ਉਹਦੇ ਚ ਕੀ ਬਚਿਆ ਪਰ ਇੰਨੀਆਂ ਫਿਲਮਾਂ ਫੇਰ ਵੀ ਬਣ ਰਹੀਆਂ ਨੇ ਐਂਡ ਹੁਣ ਤਾਂ ਬਜਟ ਵੀ ਬਹੁਤ ਵਧ ਗਏ ਫਿਲਮਾਂ ਦੇ ਰਿਪੀਟ ਕਿਨੇ ਹੋ ਰਹੇ ਨੇ ਦੇਖੋ ਫਿਲਮ ਹਿੱਟ ਦਾ ਮੈਨੂੰ ਨਾ ਪੁੱਛਿਓ ਕਦੇ ਵੀ ਇਨਾ ਕਿਸੇ ਡਾਇਰੈਕਟਰ ਨੂੰ ਪੁੱਛੋ ਡਾਇਰੈਕਟਰ ਹਮੇਸ਼ਾ ਸੁਪਰ ਹਿੱਟ ਫਿਲਮ ਕਰਦਾ ਕਿਉਂਕਿ ਜੋ ਸੁਪਰ ਫੇਰ ਹਿੱਟ ਫਿਲਮ ਦਾ ਰੌਲਾ ਨਹੀਂ ਪਾਉਗਾ ਉਹਨੂੰ ਅਗਲੀ ਫ ਤੁਸੀਂ ਪ੍ਰੋਡਿਊਸਰ ਨੂੰ ਪੁੱਛੋ ਫੋਨ ਕਰਕੇ ਵੀ ਕਿਵੇਂ ਰਹਾ ਤੇਰੀ ਜੇਬ ਭਰੀ ਕਿ ਕਾਕਾ ਖਾਲੀ ਹੋਈ ਫਿਰ ਪਤਾ ਲੱਗੂਗਾ ਮੈਂ ਇਹ ਕਮਾ ਸਕਦੀ ਹਾਂ ਕਮਾ ਸਕਦੀ ਫਿਲਮਾਂ ਪਰ ਜਾਂ ਤਾਂ ਫਿਲਮਾਂ ਦਾ ਤਾਲਮੇਲ ਨਹੀਂ ਮਾਰਿਆ ਕਿ ਆਡੀਅנס ਨੂੰ ਕੀ ਚਾਹੀਦਾ ਇਹ ਨਹੀਂ ਸਮਝ پا ਰਹੇ ਜਾਂ ਜੇ ਸਾਡੇ ਡਾਇਰੈਕਟਰਾਂ ਚ ਉਸ ਤਰ੍ਹਾਂ ਦੀ ਕਮੀ ਹੈ ਤੁਸੀਂ ਵੇਖ ਰਹੇ ਹੋ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਜਿਹੜੀ ਰੀਸੈਂਟਲੀ ਜਿਹੜੀਆਂ ਆਈਆਂ ਨੇ ਕਿ ਮੈਂ ਸਾਲ ਤੋਂ ਮੈਂ ਥੋੜਾ ਜਿਹਾ ਬਾਹਰ ਅੰਦਰ ਜਾਦਾ ਸੀ ਕੁਛ ਅਰਸਾ ਸੀ ਬੰਬੇ ਸਟੂਡੀਓ ਦੇ ਚੱਕਰ ਸੀ ਉੱਥੇ ਰਹੇ ਮੈਂ ਤੇ ਵੇਖ ਨਹੀਂ ਹੋਈ ਉਹ ਸਰਤਾਜ ਜੀ ਮੈਂ ਫਿਲਮ ਦੇਖਣ ਗਿਆ ਸੀ ਥੋੜੀ ਜੀ ਉਹ ਜਿਹੜੀ ਆਈ ਸੀ ਦ ਬਲੈਕ ਪ੍ਰਿੰਸ ਹਾਂ ਉਹ ਵੀ ਨਹੀਂ ਚੱਲ ਪਈ ਬਾਕੀ ਪਸੰਦ ਨਹੀਂ ਹੁਣ ਪਤਾ ਕੀ ਹੈ ਕੀ ਨਹੀਂ ਹੈ ਨਾ ਫਿਲਮ ਦਾ ਡਿਸੀਜਨ ਕਿ ਇੱਕ ਸੈਕਿੰਡ ਚ ਹੁੰਦਾ ਬੰਦੇ ਨੂੰ ਲੱਗਦਾ ਕੁਝ ਨਹੀਂ ਸੀ ਯਾਰ ਉਹ ਕਿੱਦਾਂ ਬਣੀ ਕਿਵੇਂ ਬਣੀ ਇਹਦੇ ਨੇ ਕਿਸੇ ਨੇ ਲੈਣ ਦੇਣ ਕਿਉਂਕਿ ਗੱਲ ਤਾਂ ਮਨੋਰੰਜਨ ਦੀ ਹੋ ਰਹੀ ਆਦਮੀ ਜਾਂਦਾ ਪੈਸੇ ਖਰਚੇ ਕਿ ਮੈਂ ਤਾਂ ਆ ਚੀਜ਼ ਚਾਹੀਦੀ ਆ ਉਹ ਨਹੀਂ ਮਿਲਦੀ ਫਿਰ ਉਹ ਫਿਲਮ ਨਹੀਂ ਹੁੰਦੀ ਬਟ ਜਿਹੜੀਆਂ ਸਮਾਜਿਕ ਫਿਲਮਾਂ ਜੇ ਜਿੱਦਾਂ ਚਲੋ ਇਹ ਬਣੀ ਸੀ ਬਲੈਕ ਪ੍ਰਿੰਸ ਇਹ ਚੱਲਣੀਆਂ ਚਾਹੀਦੀਆਂ ਸੀ ਕਿਉਂਕਿ ਇਹਦੇ ਨਾਲ ਫਿਰ ਹਲਾਰਾ ਮਿਲਦਾ ਹੋਰ ਬਣਦੀਆਂ ਉਹਦੇ ਨਾਲ ਚੱਲਣ ਦਾ ਕੀ ਹੁੰਦਾ ਕਿ ਹੋਰ ਫਿਲਮਾਂ ਨਹੀਂ ਬਣਦੀ ਫਿਰ ਸਬਜੈਕਟ ਚੇਂਜ ਹੋ ਜਾਂਦਾ ਪਰ ਜਿਹੜੀ ਰੀਸੈਂਟਲੀ ਦੋ ਫਿਲਮ ਆਈਆਂ ਵਾਰ ਬੇਸਡ ਫਿਲਮਾਂ ਆਈਆਂ ਕਿਹਾ ਗਿਆ ਕਿ ਬਹੁਤ ਵੱਡੇ ਬਜਟਸ ਨੇ ਫਿਲਮ ਦੇ ਇਹਨਾਂ ਦੇ ਅੰਕੜੇ ਤਾਂ ਕੋਈ ਕੰਪਨੀ ਦੱਸ ਸਕਦੀ ਹੈ ਜਾਂ ਪ੍ਰੋਡਿਊਸਰ ਦੱਸ ਸਕਦਾ ਅ ਅੰਕੜੇ ਦੇਖੋ ਮੈਂ ਕਹੀ ਜਮਾ 100 ਕਰੋੜ ਕਮਾ ਲਿਆ ਇਹ ਤਾਂ ਹੁਣ ਆ ਅੰਕੜੇ ਹੌਲੀ ਹੌਲੀ ਬਾਹਰ ਆ ਜਾਂਦੇ ਹੁੰਦੇ ਨੇ ਤੂੰ ਸੱਚੀ ਬੋਲੋ ਜੇ ਚੱਲ ਗਈ ਤਾਂ ਕਹੋ ਚੱਲੀ ਹੈ ਜੇ ਨਹੀਂ ਚੱਲਦੀ ਕੋਈ ਨਹੀਂ ਚੱਲੀ ਇਹਦੇ ਚ ਕੀ ਹੈ ਇਹ ਤੁਸੀਂ ਦੇਖੋ ਮੈਂ ਜੇ ਕਹੀ ਜਾਵਾਂ ਅਸੀਂ ਫਿਲਮਾਂ ਬਣਾਈਆਂ ਵਿੱਚ ਮਿਸਫਾਇਰ ਹੈ ਅਸੀਂ ਹਿਟਲਰ ਬਣਾਈ ਸੀ ਸਾਡੀ ਉਹ ਬਹੁਤ ਵੱਡੀ ਮੈਨੂੰ ਲੱਗਦਾ ਕਿਉਂਕਿ ਡਾਇਰੈਕਟਰ ਮੈਂ ਛੱਡ ਕੇ ਬਾਹਰ ਚਲਾ ਗਿਆ ਉਹਨੇ ਐਡਿਟਰ ਐਸਾ ਸਾਬਨਾ ਕਰਤੀ ਕਿ ਉਹਦੇ ਕਾਊਂਟਰ ਸ਼ਾਟ ਹੀ ਹੈ ਨਹੀਂ ਸੀ ਨਹੀਂ ਚੱਲੀ ਬਟ ਹਰ ਬੰਦਾ ਇਹ ਆਪਣੀ ਈਗੋ ਚ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਮੇਰੀ ਚੱਲੀ ਨਹੀਂ ਉਹ ਤਾਂ ਕਹਿੰਦਾ ਨਹੀਂ ਮੇਰੀ ਤਾਂ ਸੁਪਰ ਹਿੱਟ ਹੈ ਸੁਜੀ ਸੁਪਰ ਹਿੱਟ ਆਫ ਹੈ ਤਾਂ ਬਹੁਤ ਪ੍ਰੋਡਿਊਸਰ ਸਾਡੇ ਆਉਣੇ ਚਾਹੀਦੇ ਬਟ ਮੈਨੂੰ ਲੱਗਦਾ ਹੌਲੀ ਹੌਲੀ ਸਾਡਾ ਸਿਨੇਮਾ ਵਧ ਰਿਹਾ ਹੈ ਡੇ ਬਾ ਡੇ ਵਧ ਰਿਹਾ ਹੈ ਵਧ ਜੂਗਾ ਓਕੇ ਸੋ ਕੁਝ ਸਵਾਲਾਂ ਦਾ ਟਾਈਮ ਹੈ ਬਹੁਤ سارے ਸਵਾਲ ਆ ਰਹੇ ਨੇ ਤੁਹਾਡੇ ਲਈ ਅਮਰਿਤ ਪੰਨੂ ਕਹਿ ਰਹੇ ਨੇ ਅੱਛਾ ਇੱਕ ਕੰਪਲੀਮੈਂਟ ਹੈ ਜ਼ੁੰਬਾ ਐਂਡ ਸਰਕਟ ਕਨਸੈਪਟ ਬਹੁਤ ਵਧੀਆ ਹਾਂ ਇਹ ਸਮਾਜਿਕ ਗੀਤ ਬੇਸਿਕਲੀ ਤਾਂ ਹੈ ਤਰਮਾਸ ਦੀ ਗੱਲ ਕਿਉਂਕਿ ਮੈਂ ਥੋੜਾ ਜਿਹਾ ਟੀਜ਼ਰ ਤਾਂ ਵੇਖਿਆ ਹੈ ਦਾ ਮੈਂ ਤਰਮਾਸ ਦੀ ਗੱਲ ਬਟ ਐਕਸਰਸਾਈਜ਼ ਵਾਲੀ ਹੈ ਗਾਣਾ ਜ਼ਿਆਦਾ अच्छा ज़ुम्बा एक्सरसाइज ਜਿਹੜੀ ਅੱਜਕੱਲ੍ਹ ਬਾਹਰ ਬਹੁਤ ਚੱਲਦੀ ਹੈ ਨਾ ਜ਼ੁम्ਬਾ ਤੋਂ ਸਰਕਟਿਕ ਨਮੀ ਟ੍ਰੇਨਿੰਗ ਹੈ ਜਿਹੜੀ ਜਿਮ ਤੋਂ ਮੁਕਤ ਕਰਦੀ ਹੈ ਪਹਿਲਾਂ ਕੀ ਹੁੰਦਾ ਸੀ ਕਿ ਜਿਮ ਦਾ ਰੁਝਾਨ ਖੈਰ ਹੁਣ ਵੀ ਬਹੁਤ ਇਹਦੇ 'ਚ ਕੋਈ ਸ਼ੱਕ ਨਹੀਂ ਬਟ ਹੌਲੀ-ਹੌਲੀ ਵੈਸਟ ਵਾਲੇ ਬੜੇ ਸਿਆਣੇ ਆ ਉਹ ਚੀਜ਼ਾਂ ਦੀ ਯਾਦ ਕਰਦੇ ਰਹੇ ਕਿ ਜਿਮ 'ਚ ਜਾਂਦੇ ਅਸੀਂ ਸਾਨੂੰ ਉਦਾਂ ਦੀ ਪਿਓਰ ਆਕਸੀਜਨ ਨਹੀਂ ਮਿਲਦੀ ਏਸੀ ਚੱਲਦੇ ਆ ਉੱਥੇ ਸ਼ਾਇਦ ਅਸੀਂ ਉਹਨਾਂ ਜ਼ੋਰ ਲਾਉਣ ਤੋਂ ਬਾਅਦ ਵੀ ਰਿਕਵਰ ਨਹੀਂ ਕਰ ਪਾਉਂਦੇ ਉਹਨਾਂ ਨੇ ਓਪਨ ਗਰਾਉਂਡ 'ਚ ਐਕਸਰਸਾਈਜ਼ ਸ਼ੁਰੂ ਕਰਤੀ ਸਰਕਟ ਉਹਦਾ ਇੱਕ ਪਾਰਟ ਹੈ ਕਿ ਜੇ ਅ ਮਤਲਬ ਇੱਕ ਕਿਸਮ ਦੀ ਜਾਗਰੂਕਤਾ ਹੈ ਜੇ ਤੁਸੀਂ ਜਿਮ ਵਿੱਚ ਨਹੀਂ ਪੈਸੇ ਖਰ ਸਕਦੇ 2000 ਰੁਪਏ ਮਹੀਨਾ ਜਾਂ 5000 ਤਾਂ ਤੁਸੀਂ ਗਰਾਊਂਡ 'ਚ ਵੀ ਕਰ ਸਕਦੇ ਹੋ ਐਕਸਰਸਾਈਜ਼ ਤੁਸੀਂ ਤੁਹਾਡੇ ਗੀਤ ਸੋਸ਼ਲ ਮੁੱਦਿਆਂ ਬਾਰੇ ਬੋਲਦੇ ਹਨ ਤੁਸੀਂ ਹਮੇਸ਼ਾ ਕੋਈ ਨਾ ਕੋਈ ਕੋਸ਼ਿਸ਼ ਕਰਦੇ ਹੋ ਕਿ ਉਸ ਤੇ ਰੋਏ ਜਾਣ ਜਿਹੜੇ ਤੁਹਾਡੇ ਕਟਰ ਫੈਨਸ ਨੇ ਉਹਨਾਂ ਨੇ ਤਾਂ ਤੁਹਾਨੂੰ ਪਸੰਦ ਕਰਨਾ ਹੀ ਕਰਨਾ ਪਰ ਜਿਹੜੇ ਤੁਹਾਨੂੰ ਲੱਗਦਾ ਜਿਹੜੀ ਨਵੀਂ ਆਡੀਅנס ਹੋ ਨਹੀਂ ਹੈ ਜਿਹੜੇ ਯੂਥ ਨੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਕੁਝ ਹੋਰੀ ਪਸੰਦ ਹੈ ਨਹੀਂ ਇਤਨਾ ਦਾ ਕੁਝ ਨਹੀਂ ਦੇਖੋ ਇੱਕ ਨਾ ਏਜ ਹੁੰਦੀ ਹੈ 12 ਤੋਂ 16 ਸਾਲ ਉਹਦੇ ਚ ਯੂਥ ਨੂੰ ਅੱਪਾ ਵੀ ਜਦੋਂ 12 ਤੋਂ 14 ਦੇ ਹੁੰਦੇ ਸਾਨੂੰ ਵੀ ਨਹੀਂ ਪਤਾ ਹੁੰਦਾ ਕੁਝ ਸਾਡੇ ਲਈ ਕੁਝ ਵੀ ਕੁਝ ਵੀ ਕਮਾਲ ਹੁੰਦਾ ਸਾਡੇ ਲਈ ਸਮੋਸਾ ਬਹੁਤ ਵੱਡੀ ਚੀਜ਼ ਹੈ ਬਟ ਹੁਣ ਆਪਾਂ ਨੂੰ ਲੱਗਦਾ ਕਿ ਉੱਥੇ ਸਮੋਸਾ ਮਿਲਦਾ ਨਹੀਂ ਤੁਸੀਂ ਸੋਚਦੇ ਹੋ ਕਿ ਨਹੀਂ ਇੱਥੇ ਮੈਨੂੰ ਰੋਸਟ ਚਿਕਨ ਮਿਲਦਾ ਹੈ ਬੈਟਰ ਹੈ ਇੱਥੇ ਮੈਨੂੰ ਉਬਲੀਆਂ ਸਬਜ਼ੀਆਂ ਮਿਲਦੀਆਂ ਮੈਂ ਇਹ ਖਾਂ ਮੈਂ ਜੰਕ ਫੂਡ ਨਹੀਂ ਹੈ ਨਾ ਤੂੰ ਉਹ ਜਿਹੜੀ ਏਜ ਆ ਉਹਦੇ ਚ ਕੁਝ ਨਹੀਂ ਪਤਾ ਹੁੰਦਾ ਬਟ ਲੇਕਿਨ ਜਦੋਂ ਬੰਦਾ 20 ਟੱਪਦਾ ਨਾ ਫਿਰ ਉਹਨੂੰ ਅਕਲ ਆ ਜਾਂ ਚੰਗੀ ਚੀਜ਼ ਚੰਗੀ ਹੁੰਦੀ ਆ ਤੁਹਾਡੇ ਇਥੇ ਸ਼ਹਿਰ ਚ ਮੰਨ ਲਓ ਕੋਈ ਵਧੀਆ ਫੂਡ ਬਣਾਉਂਦਾ ਤੁਸੀਂ ਸਾਰਾ ਕੰਮ ਛੱਡ ਕੇ ਉਥੇ ਫੂਡ ਖਾਣ ਕਿਉਂ ਜਾਂਦੇ ਹੋ ਫਿਰ ਦੁਕਾਨਾਂ ਦਾ ਰਾਹ ਚ 100 ਆ ਜਾਂਦੀ ਆ ਸੋ ਚੰਗੀ ਚੀਜ਼ ਦਾ ਹਮੇਸ਼ਾ ਚੱਲਦੀ ਹੈ ਇਹਦੇ ਚ ਕੋਈ ਨਾ ਏਜ ਹੁੰਦੀ ਹੈ ਨਾ ਇਹਦੇ ਚ ਕੋਈ ਟਾਈਮ ਹੁੰਦਾ ਹੈ ਜਦ ਤੱਕ ਤੁਸੀਂ ਦੇਖੋ ਇਹ ਦੁਨੀਆ ਇੱਕ ਸਟੇਜ ਹੈ ਚੰਗਾ ਕਰਦੇ ਰਹੋਗੇ ਪਰਫਾਰਮ ਤੁਸੀਂ ਤੁਹਾਨੂੰ ਲੋਕ ਪਿਆਰ ਕਰਦੇ ਰਹਿਣਗੇ ਪਰ ਅੱਜ ਦਾ ਮਾਹੌਲ ਵੇਖ ਕੇ ਐਤਾ ਨਹੀਂ ਲੱਗਦਾ ਕਿ ਮਾੜੀਆਂ ਚੀਜ਼ਾਂ ਜ਼ਿਆਦਾ ਚੱਲ ਰਹੀਆਂ ਨੇ ਕਿੱਥੇ ਚੱਲ ਰਹੀਆਂ ਇਹ ਇਹ ਮਿੱਤ ਕੋ ਤੁਸੀਂ ਜੇ ਤਾਂ ਨੈਟ ਦੇ ਅੰਕੜੇ ਕੱਢੋਗੇ ਫਿਰ ਤਾਂ ਤੁਸੀਂ ਗਲਤਫਹਮੀ ਦਾ ਸ਼ਿਕਾਰ ਹੋਗੇ ਨੈਟ ਤੇ ਤਾਂ ਫਾਲਸ ਕਲਿੱਕ ਹੈ ਨਹੀਂ ਵਿਹਾਂ ਚ ਵਿਹਾਂ ਚ ਉਹੀ ਗੀਤ ਵੱਜਦੇ ਨੇ ਕਿਤੇ ਬਾਜੋ ਵਿਹਾਂ 3 ਘੰਟੇ ਪ੍ਰੋਗਰਾਮ ਚੱਲਣਾ ਹੈ ਇੱਕ ਜਿਹੜਾ ਬੰਦਾ ਡੀਜੇ ਪਲੇ ਕਰਦਾ ਉਹਨੇ ਤਾਂ 100 ਗੀਤ ਪਲੇ ਕਰਨਾ ਜੇ ਤੁਸੀਂ ਉਹਦੇ 100 ਗੀਤ ਤੋਂ ਅੰਦਾਜ਼ਾ ਇਹ ਲਾਉਂਗੇ ਕਿ ਇਹ ਗੀਤ ਬਹੁਤ ਹਿੱਟ ਹੈ ਫਿਰ ਤਾਂ ਸਾਡੀ ਮਾਨਸਿਕਤਾ ਬਿਮਾਰ ਹੋ ਗਈ ਉਹਨੇ ਤਾਂ ਕੁਝ ਵੀ ਲਾ ਦੇਣਾ ਨਾ ਉੱਥੇ ਕਿਉਂਕਿ ਉਹ ਤਾਂ ਲਗਾਤਾਰ ਨਵੀਂ ਨਵੀਂ ਉਹ ਤਾਂ ਇੱਕ ਇੱਕ ਮੁਖੜਾ ਲਾਊਗਾ ਫਿਰ ਅਗਲਾ ਮੁਖੜਾ ਲਾਊਗਾ ਚੇਂਜਸ ਕਰ ਕਿਉਂਕਿ ਉਹਦਾ ਕੰਮ ਹੈ ਉਹਦੇ ਕੋਲ ਹਜ਼ਾਰ ਗਾਣਾ ਇਕੱਠਾ ਕਰਿਆ ਹੋਇਆ ਹੈ ਪਿੰਡ ਦੇ ਜਿਹੜਾ ਫਰੀ ਵਾਲਾ ਜਿਹਦੇ ਨੂੰ ਪੈਸੇ ਨਹੀਂ ਦਿੰਦਾ ਤੋ ਇਸ ਕਰਕੇ ਇੰਦਾ ਨਹੀਂ ਮੁਲਾਂਕਣ ਕੀ ਹੁੰਦਾ ਜਦੋਂ ਤੁਹਾਨੂੰ ਕੋਈ ਵੇਖਣ ਆਉਂਦਾ ਤੁਸੀਂ ਕਿਸੇ ਸ਼ੋਅ 'ਚ ਜਾਂਦੇ ਹੋ ਲੋਕ ਤੁਹਾਨੂੰ ਐਡਮਾਰਕ ਕਰਦੇ ਪਿਆਰ ਕਰਦੇ ਤੁਸੀਂ ਕਿਸੇ ਮੇਲੇ 'ਚ ਜਾਂਦੇ ਹੋ ਉੱਥੇ ਕਰਾਊਡ ਆਉਣਾ ਦੇਖਣ ਉਹ ਉਹਨੂੰ ਪਤਾ ਲੱਗਦਾ ਚੰਗੇ ਬਾੜੇ ਪਰ ਜੇ ਨਾ ਚਲ ਜੇ ਨਾ ਚਲਦੇ ਹੁੰਦੇ ਆ ਜਾਂ ਨਾ ਮਾੜੇ ਹੁੰਦੇ ਤਾਂ ਪੰਜਾਬ ਪੁਲਿਸ ਮੋਹਮ ਚਲਾਉਂਦੀ ਕੀ ਗਾਇਕਾਂ ਕੋਲ ਜਾ ਜਾ ਕੇ ਕਿ ਤੁਸੀਂ ਲੱਛਰ ਗੀਤ ਨਾ ਗਾਓ ਜਾਂ ਤੁਸੀਂ ਹਿੰਸਕ ਗਾਣੇ ਗੀਤ ਨਾ ਨਾ ਗਾਓ ਲੱਛਰ ਹੁੰਦਾ ਪੌਰਨ ਪੌਰਨ ਤਾਂ ਅਫਸਰ ਨਹੀਂ ਲਿਉਂਦੇ ਵੀਡੀਓ ਬਹੁਤ ਉਹ ਕਿਉਂ ਚੱਲਦੇ ਨੇਟ ਤੇ ਲੱਛਰ ਤਾਂ ਤਾਂ ਦੇਖੋ ਕੀ ਹੁੰਦਾ ਸਰਕਾਰਾਂ ਦੇ ਆਪਣੇ ਵਿਜ਼ਨ ਹੁੰਦੇ ਆ ਉਹ ਕੀ ਸੋਚਦੇ ਆ ਆਈ ਡੋਟ ਨੋ ਹੈ ਨਾ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਕਲਾਕਾਰਾਂ ਦਾ ਪ੍ਰਭਾਵ ਬਹੁਤ ਸ਼ਾਇਦ ਇਹਨਾਂ ਨਾਲ ਜਵਾਨੀ ਨੂੰ ਡਿਫਰੈਂਟ ਬਣਾਇਆ ਜਾ ਸਕਦਾ ਤਾਂ ਡੈਫੀਨਿਟਲੀ ਆਪਾਂ ਸਭ ਨੂੰ ਉਹਨਾਂ ਦੀ ਇਮਦਦ ਕਰਨੀ ਚਾਹੀਦੀ ਹੈ ਬਟ ਉਹਨਾਂ ਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਤੁਸੀਂ ਕਿਸੇ ਗੌਣਾਂ ਨੂੰ ਵੋਟਾਂ 'ਚ ਖੜਾ ਕੇ ਦੇਖ ਲਓ ਇੱਕ ਕਲਾਕਾਰ ਦੀ 5 ਕਰੋੜ ਕਿਲਕ ਹੈ ਉਹਨੂੰ ਵੋਟਾਂ 'ਚ ਖੜਾ ਦੋ ਜੇ ਸਰਪੰਚ ਜਿੱਤ ਗਿਆ ਤਾਂ ਮੈਨੂੰ ਕਹਿ ਦਿਓ ਉਹ ਤਾਂ ਲੱਗਦਾ ਉਹਨਾਂ ਨੂੰ ਇਹ ਇਦਾਂ ਕਰਨਾ ਇਦਾਂ ਹੋ ਜਾਊਗਾ ਪਰ ਇਦਾਂ ਦਾ ਕੁਝ ਨਹੀਂ ਉਹ ਹਰ ਬੰਦੇ ਦੀ ਆਪਣੀ ਚਾਹਤ ਹੁੰਦੀ ਹੈ ਆਪਣੀ ਸੋਚ ਹੁੰਦੀ ਹੈ ਐਡੀ ਛੇਤੀ ਕੋਈ ਕਿਸੇ ਦੇ ਅੱਖੇ ਨਹੀਂ ਬਦਲਦਾ ਹੁੰਦਾ ਸਭ ਦੇ ਆਪਣੇ ਰਾਹ ਬਣਾਏ ਹੁੰਦੇ ਕਿਉਂਕਿ ਤੁਹਾਡਾ ਵੀ ਗਾਣਾ ਸੀ ਚੱਕ ਲਓ ਰਿਵੋਲਵਰ ਹੈ ਨਾ ਹਾਂ ਮੈਂ ਕਦੇ ਵੀ ਨਹੀਂ ਕਹੂੰਗਾ ਮੈਨੂੰ ਬਹੁਤ ਅਫਸੋਸ ਹੋ ਰਿਹਾ ਮੈਂ ਗਾਇਆ ਕਿਉਂਕਿ ਕਬਜ਼ਾ ਤਾਂ ਕਚਹਿਰੀ ਚ ਜਦੋਂ ਤੁਸੀਂ ਮੇਰੇ ਗਾਣੇ ਨੂੰ ਮਾਨਤਾ ਪ੍ਰਾਪਤ ਮੈਂ ਤਾਂ ਸੈਂਸਰ ਤੋਂ ਸਰਟੀਫਿਕੇਟ ਲਿਆ ਆ ਬੀਬਾ ਤੇ ਮੈਂ ਸੈਂਸਰ ਤੋਂ ਸਰਟੀਫਿਕੇਟ ਲੈ ਕੇ ਚਲਾਇਆ ਇਸ ਕਰਕੇ ਮੈਨੂੰ ਲੱਗਦਾ ਜੇ ਸੈਂਸਰ ਨੇ ਪਾਸ ਕਰਤਾ ਫਿਰ ਆਪਾਂ ਕਿਵੇਂ ਮੰਨੀਏ ਗਲਤ ਸੀ ਹੁਣ ਤਾਂ ਖੈਰ ਆਪਾਂ ਉਨੀ ਕਰੇ ਨਹੀਂ ਬਹੁਤ ਦੇਰ ਤੋਂ ਇਦਾਂ ਦਾ ਗਾਣਾ ਬਟ ਮੇਰੇ ਤਾਂ ਸਾਰੇ ਸੈਂਸਰ ਪਰ ਬਹੁਤ ਗਾਇਕਾ ਦੀ ਇਦਾਂ ਦੀ ਵੀ ਮੰਗ ਹੈ ਆਪਾਂ ਕੀ ਲੈਣਾ ਹੈ ਨਹੀਂ ਚਲੋ ਇਹ ਇੱਕ ਇਦਾਂ ਦੀ ਵੀ ਮੰਗ ਹੈ ਕਿ ਇੱਕ ਪੰਜਾਬ ਦਾ ਆਪਣਾ ਸੈਂਸਰ ਬੋਰਡ ਹੋਣਾ ਚਾਹੀਦਾ ਇਹਦੇ ਤੇ ਤੁਸੀਂ ਕੀ ਸੋਚਦੇ ਹੋ ਹੋਣਾ ਚਾਹੀਦਾ ਮੈਂ ਤਾਂ ਸੀ ਹਰ ਚੀਜ਼ ਸੈਂਸਰ ਬੋਰਡ ਮੈਨੂੰ ਤਾਂ ਲੱਗਦਾ ਜ਼ਿਲ੍ਹਾ ਵਾਈਜ਼ ਵੀ ਹੋਣਾ ਚਾਹੀਦਾ ਇੱਕ ਪੰਜਾਬ ਦਾ ਫਿਰ ਜ਼ਿਲ੍ਹਾ ਵਾਈਜ਼ ਮੰਨ ਲਓ ਹੁਣ ਚੰਡੀਗੜ੍ਹ ਦੇ ਮਾਡਰੇਟ ਲੋਕ ਆ ਉਹ ਉਹ ਚੰਡੀਗੜ੍ਹੀਆਂ ਬੈਠਾ ਸਾਹਮਣੇ ਉਹ ਡਿਫਰੈਂਟ ਵਿਜ਼ਨ ਨਾਲ ਸੋਚਦਾ ਇਹ ਸਾਡਾ ਮੁੰਡਾ ਮੁਖਸਰ ਦਾ ਇਹ ਹੋਰ ਵਿਜ਼ਨ ਹੈ ਇਹਦਾ ਤੋਂ ਮੈਨੂੰ ਲੱਗਦਾ ਡਿਸਟ੍ਰਿਕਟ ਵਾਈਜ਼ ਤਹਿਸੀਲ ਵਾਈਜ਼ ਵੀ ਕਈ ਤਰ੍ਹਾਂ ਦੇ ਸਰਟੀਫਿਕੇਟ ਮਿਲ ਜਾਣਗੇ ਉਹਦੇ ਨਾਲ ਕਿਹਾ ਨਾਲੇ ਰੈਵਨਿਊ ਵੀ ਇਕੱਠਾ ਹੋ ਜੂਗਾ ਉਹਦੇ ਨਾਲ ਨਹੀਂ ਇਹ ਤੁਹਾਨੂੰ ਫੈਸਲਾ ਸਹੀ ਲੱਗਦਾ ਹੈ ਨਹੀਂ ਲੱਗਦਾ ਦੇਖੋ ਜੱਗ ਦੇ ਕੰਮ ਵੀ ਚੱਲਦੇ ਰਹਿੰਦੇ ਆ ਆਪਣਾ ਇਸ਼ਕ ਵੀ ਜਾਰੀ ਹੈ ਮੈਂ ਜਿਹੜੇ ਗਾਏ ਆ ਵੈਪਨ ਵਾਲੇ ਉਹ ਬਹੁਤ ਪਹਿਲਾਂ ਗਾਏ ਸੀ ਹੁਣ ਤਾਂ ਸ਼ਾਇਦ ਬਹੁਤ ਦੌਰ ਤੋਂ ਗਾਏ ਨੇ ਮੈਂ ਬਹੁਤੇ ਗਾਣੇ ਚ ਰੋਮਾਂਟਿਕ ਆ ਨਾ ਨਿੱਜੀ ਦੌਰ ਜਾਂ ਸਾਹਿਤਕ ਜਾਂ ਸਮਾਜਿਕ ਬਹੁਤੇ ਗਾਏ ਆ ਨਹੀਂ ਤੁਸੀਂ ਨਿਗਾਹ ਪਾਈ ਜਿਹੜੇ ਚੱਲਦੇ ਨੇ ਤੁਹਾਨੂੰ ਲੱਗਦਾ ਉਹਨਾਂ ਦਾ ਹੈ ਅਸਰ ਐਂਡ ਇਹ ਤਰੀਕਾ ਸਹੀ ਹੈ ਰੋਕਣ ਦਾ ਕਿ ਹੁਣ ਸਰਕਾਰ ਜਾਂ ਪੁਲਿਸ ਦੱਸੇਗੀ ਕਿ ਸਾਨੂੰ ਕੀ ਗਾਣਾ ਹੈ ਜਾਂ ਕੀ ਨਹੀਂ ਗਾਣਾ ਦੇਖੋ ਦੇਖੋ ਬੋਤਲ ਤੇ ਲਿਖਿਆ ਹੁੰਦਾ ਪੀਣੀ ਸਿਹਤ ਲਈ ਹਾਨੀਕਾਰਕ ਹੈ ਪਰ ਬੰਦਾ ਸ਼ਰਾਬ ਪੀ ਜਾਂਦਾ ਹੈ ਹੁਣ ਆਪਾਂ ਕੀ ਕਰ ਸਕਦੇ ਆ ਇੱਕ ਬੰਦਾ ਮਬੈਸ਼ ਨੂੰ ਹੈ ਉਹਨੂੰ ਸ਼ਰਾਬ ਤੋਂ ਨਫ਼ਰਤ ਹੈ ਇੱਕ ਬੰਦਾ ਕਹਿੰਦਾ ਵੀ ਮੈਂ ਪੀਤੇ ਬਿਨਾ ਮਰ ਜੂ ਫਿਰ ਉਹ ਆਪਣਾ ਆਪਣਾ ਨਜ਼ਰੀਆ ਦੇਖੋ ਕੀ ਨੇ ਕੀ ਗੋਣਾ ਇਹ ਉਹਦਾ ਆਪਣਾ اخلاق ਹੈ ਉਹ ਅੱਗੇ ਕਿਦਾਂ ਐਡਮਿਨਿਸਟਰੇਟਰ ਨੂੰ ਫਾਲੋ ਕਰਦਾ ਆ ਉਹਨੂੰ ਉਹਨੂੰ ਫੇਸ ਕਰਦਾ ਉਹਦੀ ਸਟ्रेस ਹੈ ਤਾਂ ਮੈਨੂੰ ਇਹ ਲੱਗਦਾ ਕਿ ਜੇ ਜੇ ਸੱਚੀ ਮੈਨੂੰ ਪੈਸੇ ਮੇਰਾ ਖਿਆਲ ਨਹੀਂ ਕਿ ਇਦਾਂ ਵੀ ਇੰਨੀ ਗੋਣ ਵਾਲਿਆਂ ਦੇ ਆਖੇ ਬਹੁਤ ਦੁਨੀਆ ਬਦਲ ਜੂਗੀ ਐਡੇ ਜੋਗੇ ਹੁੰਦੇ ਨੇ ਗਾਉਣ ਵਾਲੇ ਵੋਟਾਂ 'ਚ ਖੜਾ ਕੇ ਤਾਂ ਵੇਖੋ ਸਾਰੇ ਨਾ ਹਾਰ ਗਏ ਬਟ ਫਿਰ ਵੀ ਜੇ ਲੱਗਦਾ ਤਾਂ ਵੀ ਸ਼ੁੱਡ ਹੈਪ ਇਹ ਕਰਕੇ ਦੇਖ ਲੈਣਾ ਚਾਹੀਦਾ ਜੇ ਮੰਨ ਲਓ 2 ਸਾਲ ਇਸ ਤਰ੍ਹਾਂ ਸ਼ਰਾਬ ਦੇ ਗਾਣੇ ਨਾ ਗਾਉਣ ਨਾਲ ਸ਼ਰਾਬੀ ਘਟਦੇ ਆ ਤਾਂ ਵੱਡੀ ਗੱਲ ਆ ਫਿਰ ਇਹ ਪਰ ਮੈਨੂੰ ਲੱਗਦਾ ਠੇਕੇ ਵੀ ਬੰਦ ਹੋ ਜਾਣੇ ਚਾਹੀਦੇ ਨਸ਼ਾ ਮੁਕਤ ਸਟੇਟ ਜੇ ਬਣੂਗੀ ਨਾ ਵੈਸੇ ਗਾਣੇ ਤਾਂ ਤਾਂ ਹੀ ਆ ਨਾ ਜੇ ਨਸ਼ਾ ਸ਼ਰਾਬ ਹੋਊਗੀ ਨਹੀਂ ਤਾਂ ਗਾਣੇ ਕਿੱਦਾਂ ਹੋ ਜਾਣਗੇ ਉਹ ਕਹਿੰਦੇ ਗਾਣੇ ਆ ਤਾਂ ਸ਼ਰਾਬ ਹੈ ਨਹੀਂ ਠੇਕੇ ਚ ਕਰੋੜਾ ਰੁਪਏ ਵੱਜਦਾ ਤੁਸੀਂ ਸਾਨੂੰ ਦੋਦੋਂ 10% ਸੀ ਲੈ ਲੈਣੇ ਇਦਾਂ ਦਾ ਕੁਛ ਨਹੀਂ ਜੇ ਲੱਗਦਾ ਤਾਂ ਦੇਖੋ ਇਹ ਇਹ ਜਦੋਂ ਆਪਾਂ ਇੱਕ ਸਰਕਾਰ ਨੂੰ ਚੁਣਦੇ ਹਾਂ ਫਿਰ ਆਪਾਂ ਉਹਨੂੰ ਇੱਕ ਇਹ ਇਖਤਿਆਰ ਦੇ ਦਿੰਦੇ ਨੇ ਕਿ ਉਹਨਾਂ ਨੇ ਸਟੇਟ ਨੂੰ ਸੰਭਾਲਣਾ ਹੋ ਸਕਦਾ ਸਭ ਤੋਂ ਵੱਡੇ ਆ ਬਜ਼ੁਰਗ ਉਹ ਵਧੀਆ ਸੋਚਦੇ ਹੁਣ ਹਮ ਅੱਛਾ ਸੋ ਸਰਕਾਰ ਦੀ ਗੱਲ ਹੋ ਰਹੀ ਹੈ ਸੋ ਬਲਜਿੰਦਰ ਜੱਬੂਜ਼ ਪੁੱਛ ਰਹੇ ਨੇ ਪੋਲਿਟਿਕਸ ਦਾ ਇਰਾਦਾ ਹੈ ਮਾਨ ਸਾਹਿਬ ਦਾ ਗਿਆ ਭਗਵਾਨ ਤੋ ਅਗਲੀ ਜੇ ਫੇਰ ਕੜਨਾ ਹੁਣ ਤੁਸੀਂ ਵੇਖੋ ਕੀ ਕਰਦੇ ਆ ਉਹ ਗੱਗਿਆ ਜਿਹੜੀਆਂ ਸਭ ਹਰਾਤੀਆਂ ਘਰੇ ਵਧੀਆ ਰੋਟੀ ਮਿਲਦੀ ਹੈ ਦੋ ਟਾਈਮ ਦੀ ਖੁਸ਼ ਹੈ ਕਾ ਨੂੰ ਚੱਕਰ ਚ ਪੈਣਾ ਆਪਾਂ ਸਿਆਸਤ ਬਹੁਤ ਔਖਾ ਕੰਮ ਹੈ ਸਿਆਸਤ ਨੂੰ ਸਮਝ ਲੈਣਾ ਹੀ ਬਹੁਤ ਵੱਡੀ ਗੱਲ ਹੈ ਕਈ ਸਾਲ ਤਾਂ ਸਮਝਣ ਲੱਗ ਜਾਣਗੇ ਇਹਨੇ ਨੂੰ ਤਾਂ ਆਪਾਂ ਰਿਟਾਇਰ ਹੋ ਜਾਣਗੇ ਪਰ ਜੇ ਲੋਕ ਕਹਿ ਰਹੇ ਨੇ ਤੁਹਾਨੂੰ ਕਦੇ ਨਹੀਂ ਲੱਗਦਾ ਮੈਂ ਕਿ ਆ ਦੇਖੋ ਆਰਟਿਸਟਾਂ ਤਾਂ ਜਾਣਾ ਜ਼ਰੂਰੀ ਭਗਵੰਤ ਵੀ ਚਲੇ ਗਿਆ ਏ ਕੋਗੀ ਚੱਲੇ ਗਿਆ ਹੋਰ ਵੀ ਪੰਜ ਸੱਤ ਤੈਤ ਕੀ ਜਾਣਗੇ ਕਿਉਂਕਿ ਹੁਣ ਸਰਕਾਰ ਨੇ ਇੱਕ ਤਰ੍ਹਾਂ ਸ਼ਰਾਬ ਦੇ ਗਾਣੇ ਬੈਨ ਕਰਤੇ ਕਈ ਤਾਂ ਹੁਣ ਸ਼ਰਾਬ ਵਾਲੇ ਗਾ ਕੇ ਚੱਲਦੇ ਸੀ ਉਹਨਾਂ ਨੂੰ ਵੀ ਸੈਸ ਜੁਆਇਨ ਕਰਨੀ ਪਊਗੀ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਖਾਂਤੇ ਮਜ਼ਦੂਰ ਜੂਨੀਅਨ ਦਾ ਹਮੇਸ਼ਾ ਹੀ ਹਾਮੀ ਰਹੇ ਮੈਨੂੰ ਲੱਗਦਾ ਹੈ ਕਿ ਹਰ ਸਟੇਟ ਚ ਇੱਕ ਕਿਸਾਨ ਜੂਨੀਅਨ ਇੱਕ ਹੋਣੀ ਚਾਹੀਦੀ ਹੈ ਮਜ਼ਦੂਰ ਜੂਨੀਅਨ ਇੱਕ ਇਕੱਠੇ ਹੋਣੇ ਚਾਹੀਦੇ ਜੀ ਇਹਨਾਂ ਨੇ ਆਪਣੇ ਹੱਕ ਹਕੂਕ ਲੈਣੇ ਹਰ ਚੀਜ਼ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜੀ ਸਾਡੇ ਸਾਡੇ ਮੁਲਕ ਚ ਜਿਹੜੇ ਉਹ ਫਸਲ ਪੈਦਾ ਕਰਦੇ ਉਹ ਮਰ ਰਹੇ ਹਨ ਉਹ ਗੁਰਬਤ ਨੂੰ ਸਾਹਮਣਾ ਬਹੁਤ ਜ਼ਰੂਰੀ ਹੈ ਬਾਕੀ ਗੱਲਾਂ ਤਾਂ ਚੱਲਉ ਹੁੰਦੀਆਂ ਰਹਿਣਗੀਆਂ ਇਹਨਾਂ ਲਈ ਕੰਮ ਕਰਦਾ ਰਹੂੰਗਾ ਮੈਨੂੰ ਲੱਗਦੀ ਹੈ ਠੀਕ ਹੈ ਕਰਮਜੀਤ ਸਿੰਘ ਦਿਓਲ کہہ ਰਹੇ ਨੇ ਇੱਕ ਬਾਬਾ ਨਾਨਕ ਸੀ ਸੁਣਾ ਦਿਓ ਆਈ ਐਮ ਫਰੋਮ ਵਿਲੇਜ ਵਲਟੋਹਾ ਡਿਸਟ੍ਰਿਕਟ ਤਰਨਤਾਰਨ oh ਹੁਣ ਮੱਲੀ ਤੋਂ ਉੱਥੇ ਸੁਣ ਤੂੰ ਛੋਟਵੀਰ ਇੱਕ ਕੈਸਟ ਲਾ ਲੈ ਅੱਛਾ ਓਕੇ ਫਰੀਤ ਨਹੀਂ ਸੁਣਨਾ ਨਹੀਂ 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 ਰਾਤ ਨੂੰ ਫਰੀ ਮੇਲੇ ਫਰੀ ਹੀ ਹੁੰਨੇ ਬੱਚੇ ਉਹ ਤਾਂ ਟੂਰਨਾਮੈਂਟ ਵਾਲੀ ਕਮੇਟੀ ਪੈਸੇ ਇਕੱਠੇ ਕਰਦੀ ਉਹਦਾ ਤਾਂ ਸਭ ਲਈ ਫਰੀ ਹੁੰਦਾ ਅੱਛਾ ਤੁਹਾਡੇ ਮੇਲੇ ਬੜੇ ਮਸ਼ਹੂਰ ਨੇ ਐਂਡ ਇਨੇ ਇਨਾ ਚਿਰ ਹੋ ਗਿਆ ਅ ਕਦੇ ਸਟੇਜ ਤੇ ਜਾਣ ਤੋਂ ਪਹਿਲਾਂ ਹੁਣ ਹੁਣੇ ਵੀ ਉਹੀ ਫੀਲਿੰਗ ਰਹਿੰਦੀ ਹੈ ਜਾਂ ਕੁਝ ਕੁਝ ਮਾਹੌਲ ਬਦਲਿਆ ਹੈ ਜਾਂ ਤੁਹਾਡਾ ਕਿਵੇਂ ਰਹਿੰਦਾ ਹੈ ਤੋਂ ਸ਼ੁਰੂ ਹੋ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਰੋਜ਼ ਜਦੋਂ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਤਾਂ ਰੋਜ਼ ਹੀ ਨਵਾਂ ਕੁਝ ਹੁੰਦਾ ਹੈ ਤੁਸੀਂ ਇਹ ਦਾ ਗ੍ਰਾਂਟ ਨਹੀਂ ਲੈ ਸਕਦੇ ਵੀ ਮੈਂ ਇਦਾਂ ਹੀ ਕਰਦਾ ਵੀ ਚਲੋ ਓਕੇ ਹੋ ਗਿਆ ਇਦਾਂ ਉਨੀ એનર્ਜੀ ਹੋਣੀ ਚਾਹੀਦੀ ਹੈ ਉਨੀ ਕਿਵੇਂ ਆਂਦੀ ਹੈ ਦੇਖੋ ਕੀ ਹੈ ਆ ਜਿਹੜੀ ਸਟੇਜ ਹੈ ਇਹਦੇ ਤੇ ਤੁਹਾਨੂੰ ਇਦਾਂ ਹੀ ਰਹਿਣਾ ਪਊਗਾ ਫਿਰ ਚਿਹਰੇ ਜਿਵੇਂ ਜਿਵੇਂ 에ਜਸ ਜਾਣੀਆਂ ਫਿਰ ਚਿਹਰੇ ਬਦਲਦੇ ਜਾਣੇ ਹੂ ਲੋਕ ਆ ਜਾਣੇ ਜਦ ਤੱਕ ਦੁਨੀਆ ਕੀ ਹੈ ਦੁਨੀਆ ਮੇਲਾ ਹੈ ਉਦੋਂ ਤੱਕ ਕੀ ਤੁਹਾਡੀ ਵੈਲਿਊ ਹੈ ਜਦੋਂ ਤੱਕ ਹੀਰਨ ਉਦੋਂ ਤੱਕ ਕੀ ਫਿਲਮਾਂ ਚਾਹੀ ਜਦ ਤੱਕ ਝੁਰੜੀਆਂ ਨਹੀਂ ਪੈਣੀਆਂ ਜਦੋਂ ਵੱਟ ਪੈ ਗਏ ਨਾ ਫਿਰ ਉਹ ਮਾਨ ਦਾ ਰੋਲ ਕਰਦੀ ਹੈ ਹੂੰ ਤੋ ਇਹ ਦੁਨੀਆ ਹੈ ਬਿਲਕੁਲ ਦੁਨੀਆ ਹੈ ਐਂ ਦੁਨੀਆ ਚ ਅਸੀਂ ਵੀ ਹਾਂ ਵਾਲੀ ਅਤ ਬਾੜੀ ਅਤ ਕਰਦਾ ਬਾਈ ਸਨੀ ਲਿਉਣ ਵਾਲੀ ਗੱਲ ਤੇ ਓਕੇ ਇੱਕ ਉਰਦੂ ਦਾ ਸ਼ੇਅਰ ਹੋ ਜਾਵੇ ਤਾਂ ਦਿਨ ਸਫਲ ਹੋ ਜਾਏ ਅੰਮ੍ਰਿਤ ਪੰਨੂ ਚਲੋ ਗਾਣਾ ਨਹੀਂ ਤਾਂ ਸ਼ੇਰ ਤਾਂ ਸੁਣੀ ਸਕਦੇ ਆਪਾਂ ਕਾਨੂੰ ਪਤਾ ਕਿ ਆ ਉਹਦਾ ਕੋ ਬੋਲ ਹੋ ਜੂਗਾ ਤੁਸੀਂ ਕਹਿੰਦੇ ਇਹ ਵੀ ਇਹ ਵੀ ਇੱਕ ਕੰਟਰੋਵਰਸ਼ੀਅਲ ਹੈ ਮੈਂ ਤਾਂ ਐਸੀ ਹੀ ਕਹਿੰਦੇ ਬਹੁਤ ਕਿਉਂਕਿ ਪੰਜਾਬ ਸਾਡੇ ਤਾਂ ਹੁਣ ਜਦੋਂ ਕੋਈ ਵੀ ਮੁੱਦਾ ਚੱਕਣਾ ਹੁੰਦਾ ਮੇਰੀ ਲੱਤ ਖਿੱਚਣ ਲਾਇਆ ਨਾ ਇਸ ਕਰਕੇ ਮੈਂ ਬੜਾ ਅੱਜਕੱਲ ਚੁੱਪ ਹੀ ਰਹਿਣਾ ਤੇ ਮੈਂ ਅਕਸਰ ਬੇਨਤੀ ਮੇਰੇ ਚਾਹਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਵੀਰ ਬਣ ਕੇ ਮੇਰੇ ਨਾਂ ਤੇ ਕੋਈ ਕੰਟਰੋਵਰਸੀ ਨਾ ਛੇੜਿਆ ਕਰੋ ਕਿਸੇ ਨੂੰ ਅਬਿਊਜ਼ ਨਾ ਕਰੋ ਕਿਸੇ ਨਾਲ ਵੈਸ ਨਾ ਕਰੋ ਮੰਨ ਲਓ ਮੈਂ ਚੰਗਾ ਤਾਂ ਚੰਗਾ ਜੇ ਮੈਂ ਮਾੜਾ ਤਾਂ ਮੈਂ ਮਾੜਾ ਹੈ ਨਾ ਉਹ ਤੁਸੀਂ ਆਪਦੇ ਦਿਮਾਗ 'ਚ ਹੀ ਮੁਲਾਂਕਣ ਕਰੋ ਆਪਸ ਵਿੱਚ ਦੇਖੋ ਪਹਿਲਾਂ ਪੰਜਾਬ ਬਹੁਤ ਸਰਦੀ ਪੰਜਾਬੀ ਸਰਹਾਦਾਂ ਤੋਂ ਪਾਰ ਹੀ ਇਹਨੇ ਰਹਿ ਗਏ ਅਸੀਂ ਤਾਂ ਥੋੜੇ ਜਿਹੇ ਰਹਿ ਗਏ ਹੁਣ ਅਸੀਂ ਆਪਸ ਚ ਲੱਤਾਂ ਖਿੱਚੀ ਜਾਂਦੇ ਅਸੀਂ ਤਾਂ ਪਹਿਲਾਂ ਹੀ ਬਹੁਤ ਛੋਟੇ ਤੇ ਹੀਨੇ ਹੋ ਗਏ ਤੇ ਮੈਨੂੰ ਲੱਗਦਾ ਕਿ ਆ ਜਿਹੜੀ ਅੱਜ ਕੱਲ ਫੇਸਬੁਕਾਂ ਤੇ ਇੱਕ ਦੂਜੇ ਨੂੰ ਗਾਲ ਨਹੀਂ ਹੋਣੀ ਚਾਹੀਦੀਆਂ ਫੇਸਬੁਕ ਤੇ ਤਾਂ ਤੁਸੀਂ ਵੀ ਉਹ ਨਹੀਂ ਮੈਂ ਆਫੀਸ਼ੀਅਲੀ ਤਾਂ ਸਾਰਾ ਖੁਸ਼ ਹਾਂ ਬਟ ਮੈਂ ਉਦਾਂ ਹੈ ਨਹੀਂ ਦਾ ਸ਼ੌਕੀਨ ਨਹੀਂ ਨਹੀਂ ਤੁਸੀਂ ਪੜਦੇ ਨਹੀਂ ਕੋਈ ਕਮੈਂਟਸ ਜਾਂ ਕਦੇ ਕੁਝ ਤੁਸੀਂ ਫੋਲੋ ਆ ਲੈ ਦੇਖ ਲੋ ਇਹਦੇ ਚ ਤੁਹਾਨੂੰ ਉਹਨਾਂ ਫੇਸਬੁਕ ਮਿਲਣੀਆਂ ਆ ਨਾਈਟ ਚ YouTube ਮਿਲ ਨਹੀਂ ਆ ਦੇਖੋ ਆ ਕਿਸੇ ਐਪ ਚੈੱਕ ਕਰ ਲਓ ਚਲੋ ਜੀ ਮੈਂ ਤਾਂ ਆਪਣਾ ਫੋਨ ਚੈੱਕ ਹੋ ਗਿਆ ਪਰ ਐਦਾਂ ਕਿਉਂ ਤੁਹਾਨੂੰ ਲੋਡ ਨਹੀਂ ਲੱਗਦੀ ਤੁਹਾਨੂੰ ਲੱਗਦਾ ਨਹੀਂ ਕਿ ਯਾਰ ਸਾਰੇ Facebook ਤੇ ਨੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦੀ ਹੈ ਆਲੋਚਨਾ ਇੱਕ ਹੁੰਦੀ ਹੈ ਨਿੰਦਿਆ ਤੇ ਚੁਗਲੀ ਇਹਨਾਂ 'ਚ ਥੋੜਾ ਜਿਹਾ ਫਰਕ ਹੈ ਆਲੋਚਨਾ ਹੁੰਦੀ ਹੈ ਸਿਹਰਦ ਮੰਨ ਲਓ ਮੈਂ ਤੁਹਾਡੇ ਕੰਮ 'ਚ ਖਾਮੀ ਕੱਢ ਰਿਹਾ ਤਾਂ ਉਹ ਆਲੋਚਨਾ ਹੈ ਪਰ ਮੈਨੂੰ ਉਹਦੇ ਬਾਰੇ ਬਹੁਤ ਗਿਆਨ ਹੈ ਮੈਂ ਬਹੁਤ ਅੱਛਾ ਐਂਕਰ ਹੈ ਤੇ ਮੈਂ ਬਹੁਤ ਅੱਛੀ ਇੰਟਰਵਿਊਜ਼ ਕਰਨਾ ਫਿਰ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਸੀਂ ਆਹ ਕੰਮ ਐਡੀ ਗੱਲ ਹੀ ਤੁਹਾਡੇ ਸਵਾਲ ਬਹੁਤ ਵਧੀਆ ਨੇ ਪਰ ਇੱਕ ਹੁੰਦੀ ਹੈ ਨਿੰਦਿਆ ਨਿੰਦਿਆ ਹੁੰਦਾ ਕਿ ਮੈਂ ਤੁਹਾਨੂੰ ਤੁਹਾਡੀ ਇਮੇਜ ਨੂੰ ਖਤਮ ਕਰਨਾ ਚਾਹੁੰਦਾ ਤੇ ਮੈਨੂੰ ਤੁਹਾਡੇ ਨਾਲ ਇਨੀ ਨਫ਼ਰਤ ਹੈ ਕਿ ਮੈਂ ਤੁਹਾਨੂੰ ਜਲੀਲ ਕਰਨਾ ਚਾਹੁੰਨਾ ਪਰ ਉਹਦੇ ਲਈ ਮੈਂ ਸਾਰੀ ਰਾਤ ਪ੍ਰਪੇਅਰ ਹੁੰਨਾ ਤੇ ਮੈਂ ਆਪਦੀ ਸਾਰੀ ਰਾਤ ਖਰਾਬ ਕਰ ਲਈ ਇਹ ਸੋਚਦੇ ਵੀ ਸਵੇਰੇ 8 ਵਜੇ ਆ ਬੋਲਣਾ ਹੀ ਬੋਲਣਾ ਤੂੰ ਸਾਰੀ ਨਫ਼ਰਤ ਮੇਰੇ ਫੇਸਬੁੱਕ ਤੇ ਕੱਢ ਲੈਣਾ ਹੈ ਤੇ ਮੈਂ ਆਪਦੀ ਰਾਤ ਖਰਾਬ ਕਰੀ ਤੂੰ ਇਦਨੋਂ ਬਿਹਤਰ ਹੈ ਤੁਸੀਂ ਆਪਦਾ ਕੰਮ ਕਰੋ ਜਿਹੜਾ ਕਰ ਰਹੇ ਆਪਾਂ ਆਪ ਕੱਢ ਲਈ ਇਹ ਇੰਨਾ ਕਿਉਂਕਿ ਇਹ ਦੁਨੀਆ ਹੈ ਇਹਨੂੰ ਇਹ ਦੁਨੀਆ ਕਿਸੇ ਦੇ ਹਸਾਬ ਨਾਲ ਨਹੀਂ ਚੱਲਦੀ ਇਹ ਆਪ ਇਹਦਾ ਵੇਗ ਹੈ ਇਹਦੇ ਨਾਲ ਚੱਲੋਗੇ ਤਾਂ ਤੁਰੇ ਜਾਓਗੇ ਨਹੀਂ ਤਾਂ ਤੁਹਾਨੂੰ ਇੱਕ ਮਹਾਕੇ ਨਾਲ ਹੀ ਲੈ ਜਾਊਗੀ ਜਾਂ ਤੁਹਾਨੂੰ ਬਹੁਤ ਪਿੱਛੇ ਛੱਡ ਦੂਗੀ ਸੋ ਇਹ ਦੁਨੀਆ ਇਹਦੇ ਨਾਲ ਚੱਲਦੇ ਰਹੋ ਇੱਕ ਸਵਾਲ ਜੋ ਮੈਂ ਵੀ ਪੁੱਛਣ ਵਾਲੀ ਸੀ ਅਤੇ ਗੁਰਪ੍ਰੀਤ ਸਿੰਘ ਨੇ ਵੀ ਪੁੱਛ ਲਿਆ ਹੈ ਬੱਬੂ ਬਾਜੀ ਨਾਨਕ ਸ਼ਾਫੀਰ ਦਾ ਬਿਆਨ ਸਹੀ ਹੈ ਜਾਂ ਗਲਤ ਦੇਖੋ ਹਰ ਸਮਾਜ ਦੇ ਜਿਹੜਾ ਕੋਈ ਵੀ ਸਮਾਜ ਹੈ ਹਿੰਦੂ ਸਮਾਜ ਜੈਨ ਸਮਾਜ ਜਾਂ ਮੁਹੰਮਦਨ ਸਮਾਜ ਉਹ ਇਹ ਜਿਹੜਾ ਧਾਰਮਿਕ ਆਸਥਾ ਹੈ ਆਸਥਿਕ ਲੋਕ ਜਦੋਂ ਇਕੱਠੇ ਹੁੰਦੇ ਆ ਫਿਰ ਉਹ ਆਪ ਦਾ ਇੱਕ ਉਹਨਾਂ ਦਾ ਇੱਕ ਇੱਕ ਸੰਸਥਾ ਬਣਦੀ ਹੈ ਪੰਜਾਬੀਆਂ ਦੀ ਸਾਡੀ ਕੀ ਪ੍ਰੋਬਲਮ ਹੈ ਸਾਡੇ ਹਰ ਬੰਦੇ ਹੀ ਪ੍ਰਧਾਨ ਹੈ ਹਰ ਬੰਦਾ ਬਿਆਨ ਦਿੰਦਾ ਹਰ ਬੰਦਾ ਸਵੇਰੇ ਉੱਠ ਕੇ ਫੇਸਬੁੱਕ ਤੇ ਬੋਲੀ ਤੁਰੀ ਜਾਂਦਾ ਤੁਸੀਂ ਦੁਨੀਆ ਦੀ ਕਿਸੇ ਸਟੇਟ ਚ ਕਿਸੇ ਮੁਲਕ ਚ ਐਨਾ ਬੋਲਦੇ ਨਹੀਂ ਗੱਲ ਅਮਰੀਕਾ ਚ ਦੀ ਹੋਈ ਹੋਗੀ ਰੌਲਾ ਇੱਥੇ ਪਈ ਜਾਂਦਾ ਗਾਲਾਂ ਸਾਡੇ ਵਾਲੇ ਕੱਢੀ ਜਾਂਦੇ ਕਾਹਤੇ ਅਸੀਂ ਕਿਉਂ ਕਰਦੇ ਹਾਂ ਕੰਮ ਕਿਸੇ ਵੀ ਫਿਲਮ ਬਾਰੇ ਜਾਂ ਗੀਤ ਬਾਰੇ ਜਾਂ ਕੋਈ ਧਾਰਮਿਕ ਮੁੱਦੇ ਬਾਰੇ ਮੈਂ ਕਿਉਂ ਕਿਵੇਂ ਬੋਲ ਸਕਦਾ ਮੈਂ ਤਾਂ ਆਮ ਇਨਸਾਨ ਹਾਂ ਇਹਦੇ ਲਈ ਸਾਡੀਆਂ ਧਾਰਮਿਕ ਸੰਸਥਾਵਾਂ ਜਦੋਂ ਧਾਰਮਿਕ ਸੰਸਥਾ ਇਹ ਕਹਿੰਦੀ ਹੈ ਕਿ ਨਹੀਂ ਠੀਕ ਤਾਂ ਫਿਰ ਲੋਕਾਂ ਜਿਹੜੀ ਲੋਕਾਂ ਨੇ ਚੁਣੀ ਹੋਈ ਹੈ ਫਿਰ ਉਹ ਲੋਕਾਂ ਨੂੰ ਮੰਨਣਾ ਪਊਗਾ ਪਰ ਧਾਰਮਿਕ ਸੰਸਥਾ ਤਾਂ ਬਦਲਦੀ ਰਹਿੰਦੀ ਹੈ ਨਾ ਕਦੇ ਕੁਝ ਕਹਿੰਦੀ ਹੈ ਕਦੇ ਕੁਝ ਕਹਿੰਦੀ ਹੈ ਦੇਖੋ ਇਹ ਉਹਨਾਂ ਦਾ ਕੀ ਨਿਰਣਾ ਸਾਨੂੰ ਨਹੀਂ ਪਤਾ ਬਟ ਕੋਈ ਵੀ ਜਦੋਂ ਜੇ ਤੁਸੀਂ ਵੀ ਬਿਆਨ ਦੋਗੇ ਹਰ ਚੀਜ਼ ਤੇ ਮੈਂ ਵੀ ਬਿਆਨ ਦਊਗਾ ਫਿਰ ਫਿਰ ਆਪਾਂ ਕਿਹਨੂੰ ਸਹੀ ਮੰਨਾਂਗੇ ਫਿਰ ਤੁਸੀਂ ਕਿਸੇ ਚੀਜ਼ ਦਾ ਵਿਰੋਧ ਜਾਂ ਪੱਖ ਕਿਦਾਂ ਲੈ ਸਕਦੇ ਹੋ ਅੱਪਾ 10 ਬੰਦੇ ਬੈਠੇ ਸਾਰੇ ਬਿਆਨ ਦਾਗ ਰਹੇ ਆ ਫਿਰ ਫਿਰ ਨੇ ਇਦਾਂ ਨਹੀਂ ਹੁੰਦਾ ਇਤੇ ਲਈ ਬਕਾਇਦਾ ਇਸ ਸਮਾਜ ਨਹੀਂ ਚੁਣਨਾ ਹੁੰਦਾ ਜੇ ਤੂੰ ਸਮਾਜ ਮਾਨਤਾ ਦਿੰਦਾ ਕਿਸੇ ਬੰਦੇ ਨੂੰ ਜਾਂ ਕਿਸੇ ਸੰਸਥਾ ਨੂੰ ਉਸ ਸੰਸਥਾ ਦੇ ਜਿਹੜੇ ਸੀਨੀਅਰ ਲੋਕ ਬੈਠੇ ਆ ਜਿਹੜੇ ਉਹ ਅਦਵੀ ਲੋਕ ਆ ਉਹੀ ਦੱਸਣਗੇ ਕੀ ਠੀਕ ਹੈ ਕੀ ਗਲਤ ਹੈ ਔਰ ਜਦੋਂ ਦੇਖੋ ਹਿੰਦੁਸਤਾਨ ਆਸਤਿਕ ਮੁਲਕ ਹੈ ਇਥੇ ਆਸਥਾ ਨਾਲ ਜੁੜੇ ਹੋਏ ਲੋਕਾਂ ਤੇ ਜਦੋਂ ਆਸਥਾ ਨਾਲ ਜੁੜੇ ਹੋਏ ਲੋਕਾਂ ਜਦੋਂ ਬਹੁਤ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਫਿਰ ਆਪਾਂ ਉਹ ਕੰਮ ਨਹੀਂ ਉਹ ਕੰਮ ਨੂੰ ਰੋਕ ਨਹੀਂ ਭੋਗ ਤੁਹਾਨੂੰ ਕਿਉਂਕਿ ਉਹਦੇ ਨਾਲ ਜਜ਼ਬਾਤ ਜੁੜੇ ਹੋਏ ਹਮ ਪਰ ਐਜ਼ ਐਜ਼ ਐਨ ਆਰਟਿਸਟ ਚਲੋ ਐਜ਼ ਐਨ ਆਰਟਿਸਟ ਕਿੰਨੀ ਕੰਮ ਕਰਦਾ ਕਿਉਂਕਿ ਇਮੋਸ਼ਨ ਕੰਮ ਕਰਦਾ ਦੇਖੋ ਆਰਟਿਸਟ ਦਾ ਕੀ ਮਤਲਬ ਹੋਇਆ ਆਰਟਿਸਟ ਮਤਲਬ ਇਮੋਸ਼ਨ ਕੰਮ ਕਰਦਾ ਜਿਹੜਾ ਫਿਲਮ ਵਾਲਾ ਉਹਦੇ ਲਈ ਨਾਨਕ ਸ਼ਾਹ ਫਕੀਰ ਹੈ ਪਰ ਬਹੁਤ ਆਸਤਿਕ ਲੋਕਾਂ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਕੋਨੋ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਕਹਿੰਦੇ ਆ ਵੀ ਸਾਡੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਆ ਉਹ ਨਹੀਂ ਹੋਣ ਦੇਣਗੇ ਕੰਮ ਉਹਨਾਂ ਲਈ ਤਾਂ ਫਿਰ ਉਹਨਾਂ ਦੀਆਂ ਭਾਵਨਾਵਾਂ ਆहत ਹੋਣਗੀਆਂ ਫਿਰ ਇਹ ਤਾਂ ਸਵਿਧਾਨ ਵੀ ਕਹਿੰਦਾ ਕਿ ਜਦੋਂ ਭਾਵਨਾ ਆहत ਕਰਦੇ ਫਿਰ ਉਹ ਕੰਮ ਰੋਕਣਾ ਪਊਗਾ ਸੋ ਇਹ ਸਮਾਜ ਨਾਲੇ ਦੁਨੀਆ ਫਿਲਮਾਂ ਕਿੱਥੇ ਚੱਲਣੀਆਂ ਇਸ ਇਸ ਦੁਨੀਆ 'ਚ ਗੀਤ ਕਿੱਥੇ ਚੱਲਣੇ ਇਸ ਦੁਨੀਆ ਆਪਾਂ ਸਾਰੀ ਦੁਨੀਆ ਦੇ ਨਾਲ ਤੁਸੀਂ ਫੈਸਲੇ ਤੋਂ ਸਹਿਮਤ ਹੋ अच्छा ठीक है रहने दो ठीक है मैं ध्यान दंदा वैसे नहीं चंगलादा मैं मैं ये तो वही साडे सीनियर दे सकदा है जे आपा हुन ਘਰ ਚ ਬਾਬਾ ਬੈਠਾ ਆ ਪਿਛੇ ਬਾਹਰ ਪੋਤਾ ਜਾ ਕੇ ਵੈਸ ਕਰੀ ਜਾਵੇ ਲੋਕਾਂ ਨਾ ਫਿਰ ਬਾਬੇ ਬਾਬੇ ਦੀ ਵੈਲਿਊ ਕੀ ਰਹੇਗੀ ਤਾਂ ਇਦਾਂ ਠੀਕ ਹੈ ਅਮਰੀਕ ਸਿੰਘ ਤੁਰਨਾ ਪੁੱਛਰੇ ਨੇ ਬੱਬੂ ਮੰਨ ਕਿਸਾਨਾਂ ਦੇ ਹੱਕਾਂ ਦੀ ਗੱਲ ਤਾਂ ਕਰਦਾ ਹੈ ਪਰ ਜ਼ਮੀਨੀ ਪੱਧਰ ਤੇ ਕੀ ਕਰ ਰਿਹਾ ਹੈ ਇਸ ਬਾਬਤ ਕਹਿ ਕੇ ਕਰਿਆ ਕਿਆ ਸਵਾ ਕਰਿਆ ਇਹ ਤਾਂ ਜਿਹੜਾ ਕਰਦਾ ਉਹ ਕਰਦਾ ਹੀ ਰਹਿੰਦਾ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ ਜਦ ਤੁਸੀਂ ਕੋਈ ਕੰਮ ਕਰਦੇ ਹੋ ਨਾ ਉਹ ਮਿਸ਼ਨ ਹੁੰਨੇ ਤੁਹਾਡੇ ਉਹ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਕਿ ਮੈਂ ਉੱਥੇ ਗਿਆ ਸੀ ਉੱਥੇ ਕਰਮ ਕਰਦੇ ਰਹੋ ਸੇਵਾ ਕਰਦੇ ਰਹੋ ਸੇਵਾ ਦੱਸ ਕਿ ਨਹੀਂ ਇਹ ਉਹ ਸੇਵਾ ਨਹੀਂ ਜਿਹੜੀ 500 ਰੁਪਏ ਦਾ ਪੱਖਾ ਦੇ ਕੇ ਸੇਵਾ ਕਰਾਈ ਫਲਾਣਾ ਸਿੰਘ ਨੇ ਇਹ ਸੇਵਾ ਇਹਦੇ ਦੱਸਿਆ ਨਹੀਂ ਜਾ ਸਕਦਾ ਜੀ ਬਿਲਕੁਲ ਕਰਕੇ ਦੱਸੀ ਤਾਂ ਕੀ ਦੱਸੀ ਆ ਠੀਕ ਹੈ ਸਮੇਂ ਦੀ ਥੋੜੀ ਘਾਟ ਹੈ ਇਸ ਕਰਕੇ ਇੱਕ ਦੋ ਸਵਾਲ ਅਸੀਂ ਹੋਰ ਲੈ ਲੈਂਦੇ ਆ ਵੰਜਾਰਾ ਕਦੋਂ ਆ ਰਹੀ ਹੈ 2 ਮਹੀਨੇ ਤੱਕ ਐ ਪਹਿਲਾਂ ਦੱਸ ਚੁੱਕੇ ਨੇ ਉਹ ਨਾਨਕਾ ਫਕੀਰ ਵਾਲੇ ਵੀ ਦੱਸ ਚੁੱਕੇ ਨੇ ਯੂ ਆਲਵੇਜ਼ ਰਾਈਟ ਵੀਰ ਜੀ ਹਰਜਸ ਲੋਂਗਿਆ ਡਿਸਟ੍ਰਿਕਟ ਵਾਈਜ਼ ਸੈਂਸਰਸ਼ਿਪ ਦਾ ਕੀ ਮਤਲਬ ਹੈ ਇਹ ਸਮਝਾ ਚੁੱਕੇ ਨੇ ਤੁਸੀਂ ਫਿਰ ਤੋਂ ਕੁਝ ਸਮਝਾਣਾ ਚਾਹੋਗੇ ਸਰ ਉਹ ਰੈਸ ਕਦਰ ਹੋ ਜਾਣੇ ਚਾਹੀਦੇ ਉਹਨਾਂ ਦਾ ਇਹ ਹੋਵੇ ਵੀ ਕੱਲ ਨੂੰ ਕਿਸੇ ਨੂੰ ਕਿੰਤੂ ਹੀ ਨਾ ਹੋਵੇ ਗਾਣੇ ਤੇ ਮੰਨ ਲਓ ਚੰਡੀਗੜ੍ਹ ਵੀ ਉੱਥੇ ਪੰਜਾਬੀ ਬੋਲਦੇ ਆਂ ਉਹ ਉੱਥੇ ਵਾਲਾ ਜੇ ਪਾਸ ਕਰਤਾ ਤਾਂ ਇੱਧਰ ਮੁਕਸਰ ਵਾਲਿਆਂ ਨੂੰ ਨਹੀਂ ਸੈੱਟ ਬੈਠਿਆ ਉਹਨੇ ਕਿਹਾ ਵੀ ਯਾਰ ਸਾਨੂੰ ਤਾਂ ਇਹ ਗਾਣਾ ਸੂਟ ਨਹੀਂ ਕਰਦਾ ਫਿਰ ਇੱਕ ਉੱਥੇ ਵੀ ਤਾਂ ਹੋਣਾ ਚਾਹੀਦਾ 20 BYO ਬੜਨੇ ਦਾ ਅਫਸਰ ਕਿੱਡਾ ਕੰਮ ਹੈ ਆਹਦਾ ਕਲਾਕਾਰ ਚੱਕਿਆ ਕਰੇ ਪਹਿਲਾਂ ਜ਼ਿਲ੍ਹੇ ਚੋਂ ਪਾਸ ਕਰਾ ਲਿਆ ਕਰੇ ਫਿਰ ਸਟੇਟ ਚੋਂ ਕਰਾ ਲਿਆ ਕਰੇ ਫੇਗਾ ਜੰਦੀਗੜ ਕਰਾ ਲਿਆ ਦਿੱਲੀ ਤਾਂ ਹੋ ਹੀ ਰਿਹਾ ਇਹ ਤਾਂ ਬਹੁਤ ਪ੍ਰੈਸ਼ਰ ਵਧਾਉਣ ਵਾਲਾ ਕੰਮ ਹੈ ਪਹਿਲੀ ਦੇਖੋ ਬੇਸਿਕਲੀ ਉਹ ਤਾਂ ਕਹਿੰਦੀ ਸਾਡੇ ਕੋਲ ਟਾਈਮ ਹੀ ਨਹੀਂ ਗੱਪਾਂ ਮਾਰਦੇ ਆ ਫਿਰ ਇਹਨਾਂ ਦਾ ਨਾ ਟੈਕਸ ਵਾਲਿਆਂ ਨੂੰ ਫੋਨ ਕਰੋ ਵੀ ਗਾਉਣ ਵਾਲੇ ਸਾਰਾ ਸਾਲ ਬਹੁਤ ਪੈਸੇ ਕਮਾਉਣੇ ਟੈਕਸ ਕਿੰਨਾ ਦਿੰਨੇ ਉੱਥੋਂ ਪਤਾ ਲੱਗ ਜਾਊਗਾ ਕਿੰਨਾ ਦਿੰਨੇ ਹੈ ਨਾ ਫਿਰ ਤਾਂ ਕਈ ਸੌ ਕਰੋੜ ਤਾਂ ਗਾਉਣ ਵਾਲੇ ਤੋਂ ਆ ਜਾਣਾ ਚਾਹੀਦਾ ਸੀ ਤੇ ਸਟੇਟ ਤਾਂ ਘਟੇ ਜਾ ਰਹੀ ਹੈ ਨਹੀਂ ਪਰ ਜੀ ਐਨੀ ਵੇਲੇ ਨੇ ਫਿਰ ਹਰ ਕੋਈ ਗਾਇਬ ਬਣਨ ਨੂੰ ਕਿਉਂ ਤੁਰੇ ਫਿਰਦਾ ਦੇਖੋ ਜਦੋਂ ਕੋਈ ਜੌਬ ਨਹੀਂ ਮਿਲੂਗੀ ਜਦੋਂ ਕੋਈ ਰੋਜ਼ਗਾਰ ਨਹੀਂ ਹੋਊਗਾ ਫਿਰ ਬੰਦਾ ਕਹਿੰਦਾ ਚਲੋ ਗਾ ਕੇ ਵੇਖ ਲਈਏ ਗਾ ਹੀ ਲੈਣੇ ਕੀ ਪਤਾ ਗਾਇਆਂ ਸੈੱਟ ਹੋ ਜੇ ਔਰ ਬਹੁਤ ਲੋਕਾਂ ਦਾ ਤੁੱਕਾ ਲੱਗ ਵੀ ਜਾਂਦਾ ਔਰ ਐਫਰਟ ਕਰਨਾ ਕੋਈ ਮਾੜੀ ਗੱਲ ਨਹੀਂ ਪਹਿਲਾਂ ਦਵਾਈਆਂ ਦੀ ਦੁਕਾਨ ਸ਼ਹਿਰ ਚਿੱਕ ਹੁੰਦੀ ਸੀ ਹੁਣ ਹਜ਼ ਬਿਲਕੁਕ ਠੀਕ ਹੈ ਮਾਨ ਸਾਹਿਬ ਸਾਟਨਾਈ ਗਰ ਕਰਨ ਲਈ ਬਹੁਤ ਬਹੁਤ ਤਨਵਾਦ ਐਂਡ ਇੱਕ ਗਾਣਾ ਵੈਸੇ ਤੁਹਾਨੂੰ ਇਹ ਫਰੀ ਚ ਗਾਉਂਦੇ ਨਹੀਂ ਨੇ ਬਟ ਬੀਬੀਸੀ ਨਿਊਜ਼ ਪੰਜਾਬੀ ਬੀਬੀਸੀ ਚ ਤੁਸੀਂ ਪਹਿਲੀ ਵਾਰ ਹੀ ਆਇਓ ਹਾਂ ਗਾਣਾ ਫਰੀ ਨਹੀਂ ਗਾਉਣਾ ਅੱਛਾ ਸ਼ੇਰ ਸ਼ੇਰ ਵੀ ਨਹੀਂ ਤੁਸੀਂ ਸੁਣਾਇਆ ਆ ਬਹੁਤ ਕਿਉਂਕਿ ਕਮੈਂਟਸ ਆ ਰਹੇ ਨੇ ਬਹੁਤ ਲੋਕੀ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਸੋ ਉਹਨਾਂ ਲਈ ਹਾਂ ਬੜਾ ਛੋਟੀ ਜਿਹੀ ਬਹੁਤ ਕੱਟ ਗਈ ਇਸ਼ਾਰੋਂ ਮੇਰ ਕੇ ਵੀ ਲੱਗ ਗਿਆ ਕਤਾਰੋਂ ਮੇ ਕਿਆ ਬਾਤ ਹੈ ਕਿਆ ਬਾਤ ਹੈ ਸੋ اے ਸੀ ਸਾਢੇ 9 ਬੱਬੂ ਮਾਨਨ ਤੁਸੀਂ ਵੇਖ ਰਹੇ ਸੀ ਬੀ ਬੀ ਸੀ ਨਿਊਜ਼ ਪੰਜਾਬੀ ਦਾ ਫੇਸਬੁੱਕ ਲਾਈਵ ਹੋਰ ਤਾਜ਼ਾ ਅਪਡੇਟਸ ਲਈ ਦਿਲਚਸਪ ਖਬਰਾਂ ਲਈ ਤੁਸੀਂ ਜ਼ਰੂਰ ਸਾਡੀ ਵੈਬਸਾਈਟ www.bbc.com/punjabi ਵਿਜ਼ਿਟ ਕਰੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬਸ ਤੁਸੀਂ ਇਹਨਾਂ ਤੋਂ ਕੁਝ ਕਹਿ ਤਾ ਹੁਣ ਮੈਨੂੰ ਲੱਗਦਾ ਵਾਕਿਆ ਮੈਨੂੰ ਪਤਾ ਨਹੀਂ ਤੁਸੀਂ ਲਾਈਵ ਬੈਠੇ ਹੋ ਮੈਂ ਫਿਰ ਆਉਣਾ ਨਹੀਂ ਸੀ ਕਿਉਂ ਮੈਂ ਅੱਛਾ ਫੇਸਬੁੱਕ ਤੋਂ ਪ੍ਰੋਬਲਮ ਹੈ ਮੈਂ ਨਹੀਂ 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 ਲਾਈਵ ਮੈਂ ਭੱਜਦਾ ਹੀ ਹੈ ਇਹਨਾਂ ਚੀਜ਼ਾਂ ਤੋਂ ਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਨਾਲ ਨਾਲ ਸੈਟੇਲਾਈਟ ਤੇ ਚੜਾ ਤੁਹਾਡੀ ਜਿਆਦਾ ਐਡਵਾਂਸ ਹੋ ਗਈ ਟੈਕਨੋਲੋਜੀ ਪਰ ਤੁਸੀਂ ਕਿਉਂ ਭੱਜਦੇ ਹੋ ਇਦਾਂ ਕਿਉਂ ਕਹਿੰਦੇ ਨੇ ਸਾਰੇ ਕਿ ਬੱਬੂ ਮਾਂ ਚ ਬੜਾ ਐਟੀਟਿਊਡ ਦੇਖੋ ਮੈਂ ਤੁਹਾਨੂੰ ਜਾਣਦਾ ਨਹੀਂ ਜਦੋਂ ਜਾਂ ਮੈਂ ਤੁਹਾਨੂੰ ਮਿਲੇ ਨਹੀਂ ਮੈਂ ਤੁਹਾਡੇ ਬਾਰੇ ਕੋਈ ਵੀ ਰਾਏ ਲਾਜ਼ਮਾ ਉਹ ਮੰਨਣੀ ਪਊਗੀ ਇਹ ਸਮਝੇ ਮੇਲੇ ਪਤਾ ਲੱਗਦਾ ਵਾਹ ਪੈ ਜਾਣੀ ਕਿ ਰਾਹ ਪੈ ਜਾਣੀ ਜਿਹੜੇ ਮੇਰੇ ਪਿੰਡ ਦੇ ਲੋਕ ਆ ਜਾਂ ਮੇਰੇ ਨੇੜੇ ਲੋਕ ਆਇਆ ਮੈਂ ਜਿੱਥੇ ਗਾਉਣ ਜਾਣਾ ਹੈ ਜਿਹਨਾਂ ਪਰਿਵਾਰਾਂ ਚ ਅਸੀਂ ਗਾਇਆ ਉਹ ਦੱਸ ਸਕਦੇ ਆ ਕਿ ਮੈਂ ਚੰਗਾ ਕਿ ਮਾੜਾ ਆਪ ਦੇ ਬਾਰੇ ਮੈਂ ਕੀ ਕਹਿ ਸਕਦਾ ਐਟੀਟਿਊਡ ਨਹੀਂ ਦੇਖੋ ਇੱਕ ਹੁੰਦੀ ਨਾ ਮੜਕ ਇੱਕ ਹੁੰਦਾ ਪ੍ਰਾਊਡ ਮੜਕ ਚ ਰਹਿਣਾ ਕੋਈ ਮਾੜੀ ਗੱਲ ਨਹੀਂ ਪ੍ਰਾਊਡ ਨਹੀਂ ਮੇਰੇ ਚ ਕਦੇ ਆਇਆ ਜ਼ਿੰਦਗੀ ਚ ਮੈਂ ਬੜਾ ਥਰ ਧਰਤੀ ਤੇ ਚੱਲਣ ਵਾਲਾ ਮੰਨਦਾ ਬਟ ਮੜਕ ਬਹੁਤ ਇਹ ਨਹੀਂ ਛੱਡ ਸਕਦੇ ਹੁਣ ਇਹ ਖਾਨਦਾਨੀਆ ਕੀ ਕਰੀਏ ਮਰਕ ਬਹੁਤ ਹੈ ਇਹ ਪਸੰਦ ਵੀ ਬਹੁਤ ਹੈ ਲੋਕਾਂ ਨੂੰ ਤੁਹਾਡੀ ਐਂਡ ਇਸੇ ਲਈ ਅੱਜ ਸਾਡੇ ਨਾਲ ਸੀ ਬਾਬੂ ਮਾਨ ਥੈਂਕ ਯੂ ਸੋ ਮੱਚ ਫॉर ਵਾਚਿੰਗ ਜੁੜੇ ਰਹੋ ਬੀਬੀਸੀ ਨਿਊਜ਼ ਪੰਜਾਬੀ ਦੇ ਨਾਲ ਥੈਂਕ ਯੂ